ਫੈਸਲਾ ਹੋਊਗਾ। ਝੰਡੇ ਪੱਤਰੀ ਜਦੋਂ ਚੌੜਾਈ ਨੋਟ ਕਰਨੀ ਆ, ਆਪਾਂ ਉੱਥੋਂ ਕਰਨੀ ਹੈ ਜਿਹੜੇ ਹਿੱਸੇ ਦੇ ਵਿੱਚੋਂ ਉਹ ਸਾਰਿਆਂ ਤੋਂ ਵੱਧ ਚੌੜਾ ਹੈਗਾ, ਉਸ ਹਿੱਸੇ ਦੇ ਵਿੱਚ ਆਪਾਂ ਉਹਦੀ ਚੌੜਾਈ ਨੋਟ ਕਰਨੀ ਹੈਗੀ ਆ, ਕੰਨੀਆਂ ਤੋਂ ਨਹੀਂ ਕਰਨੀ ਗੀ। ਤਾਂ ਇਹ ਕੋਈ ਵੀ ਲੱਛਣ ਆਪਾਂ ਉਹ ਘੱਟੋ ਘੱਟ ਚਾਰ ਪੰਜ ਪੱਤਿਆਂ ਪੰਜ ਪੱਤਿਆਂ ਤੋਂ ਉਹ ਆਪਾਂ ਨੋਟ ਕਰਨਾ, ਪੰਜਾਂ ਦੀ ਫਿਰ ਆਪਣੀ ਉਹ ਔਸਤ ਕੱਢ ਕੇ ਆਪਣੇ ਕੋਲ ਉਹਦੀ ਸਹੀ ਗਿਣਤੀ ਆ ਜੂਗੀ। ਇਹ ਜੋ ਫਲੈਗਲੀਫ ਕਾ ਜਿਤਨੇ ਮਾਪ ਹੈਗਾ, ਲੰਬਾਈ ਚੌੜਾਈ ਐਂਗਲ ਜਿਤਨੇ ਹੋ, ਇਹ ਸਭ ਗੇਹੂੰ ਪੱਕਣੇ ਕਾ ਟਾਈਮ ਕੇ ਪਹਿਲੇ ਲੈਣਾ ਹੈ, ਠੀਕ ਹੈ। ਜਬ ਤੱਕ ਉਹ ਨਹੀਂ ਪੱਕੇਗਾ, ਫੂਲ ਆਨੇ ਕਾ ਟਾਈਮ ਸੇ ਪੱਕਣੇ ਕਾ ਟਾਈਮ ਕੇ ਬੀਚ ਮੇ, ਅਗਰ ਪੱਕ ਜਾਏਗਾ ਤੋ ਫਲੈਗਲੀਫ ਕਾ ਉਹ ਸਭ ਗੜਬੜੀ ਹੋ ਜਾਏਗੀ। ਤੋ ਪੱਕਣੇ ਕੇ ਪਹਿਲੇ ਹੀ ਇਹ ਸਭ ਕਰੈਕਟਰ ਕਰਨਾ ਪੜੇਗਾ, ਠੀਕ ਹੈ। ਅਗਰ ਗੇਹੂੰ ਪੱਕ ਗਿਆ ਤੋ ਔਰ ਦੋ ਕਰੈਕਟ, ਬਾਕੀ ਜੋ ਕਰੈਕਟਰ ਹੈ ਉਹ ਕਰਨਾ, ਠੀਕ ਹੈ। ਇਹ ਜਦੋਂ ਕਣਕ ਦੇ ਵਿੱਚ ਦੋਧਾ ਜਿਹਾ ਬਣ ਗਿਆ, ਦਾਣੇ ਬਣਨੇ ਸ਼ੁਰੂ ਹੋ ਚੁੱਕੇ ਹੈਗੇ, ਉਸ ਟਾਈਮ 'ਤੇ ਆਪਾਂ ਸਾਰੇ ਕਰੈਕਟਰ ਜਿਹੜੇ ਝੰਡੇ ਪੱਤੇ ਦੇ ਉਹ ਨੋਟ ਕਰ ਲੈਣੇ ਆ। ਜੇ ਕਣਕ ਪੱਕ ਚੁੱਕੀ ਹੈਗੀ ਆ, ਦਾਣੇ ਪਕਾ ਗਈ, ਉਦੋਂ ਬਾਅਦ ਉਹ ਬੂਟਾ ਸੁੱਕਣਾ ਸ਼ੁਰੂ ਹੋ ਜੂਗਾ, ਤਾਂ ਉਹਦੇ ਜਿਹੜੇ ਸਾਰੇ ਉਹ ਗੁਣ ਲੱਛਣ ਹੈਗੇ ਆ ਉਹ ਖਤਮ ਹੋ ਜਾਣਗੇ ਜਾਂ ਉਹ ਬਦਲ ਜਾਣਗੇ। ਇਸ ਲਈ ਉਹਦਾ ਸਹੀ ਟਾਈਮ ਦਾ ਵੀ ਆਪਾਂ ਧਿਆਨ ਰੱਖਣਾ ਵੀ ਕਿਹੜਾ ਗੁਣ ਕਦੋਂ ਆਪਾਂ ਉਹ ਨੋਟ ਕਰਨਾ ਹੈਗਾ, ਉਸੇ ਟਾਈਮ 'ਤੇ ਆਪਾਂ ਕਰਨਾ। ਇਸ ਤੋਂ ਅੱਗੇ ਜਦੋਂ ਕਣਕ ਦੇ ਵਿੱਚ ਦੋਧਾ ਬਣਨ ਤੋਂ ਬਾਅਦ ਉਹ ਪਕਾ ਵੱਲ ਨੂੰ ਸ਼ੁਰੂ ਹੋ ਗਈ, ਪੱਕ ਗਈ, ਤਾਂ ਪੱਕਣ ਦੇ ਟਾਈਮ 'ਤੇ ਆਪਾਂ ਉਹਦੇ ਸਿੱਟੇ ਦੀ ਜਿਹੜੀ ਕਿੰਨਾ ਕੁ ਉਹ ਗੁੰਦਵਾਂ ਸਿੱਟਾ ਹੈਗਾ, ਸੰਘਣਾ ਕਿੰਨਾ ਹੈਗਾ, ਇਹ ਆਪਾਂ ਉਹਦਾ ਗੁਣ ਇੱਕ ਤਾਂ ਨੋਟ ਕਰਨਾ ਹੈਗਾ। ਇਹ ਵੀ ਆਪਾਂ ਇੱਕੋ ਜੇ ਪੰਜ ਸਿੱਟੇ ਲੈ ਲੈਣੇ ਹੈਗੇ ਆ, ਪੰਜਾਂ ਸਿੱਟਿਆਂ ਨੂੰ ਆਪਾਂ ਦੇਖਣਾ ਹੈਗਾ ਵੀ ਉਹਦੀ ਜਿਹੜੀ ਗੁੰਦਵਾਂਪਣ ਹੈਗਾ ਦਾਣਿਆਂ ਦੇ ਵਿੱਚ ਕਿੰਨੀ ਕੁ ਜਗ੍ਹਾ ਹੈਗੀ ਆ, ਉਸ ਹਿਸਾਬ ਦੇ ਨਾਲ ਆਪਾਂ ਉਹ ਡੈਂਸਿਟੀ ਉਹਦੀ ਨੋਟ ਕਰਨੀ ਆ। ਉਸ ਤੋਂ ਬਾਅਦ ਸਿੱਟੇ ਦੀ ਲੰਬਾਈ ਨੋਟ ਕਰਨੀ ਹੈਗੀ ਹੈ, ਇਹ ਵੀ ਆਪਾਂ ਪੰਜ ਸਿੱਟਿਆਂ ਦੀ ਲੰਬਾਈ ਨੋਟ ਕਰਕੇ ਉਹਨਾਂ ਦੀ ਔਸਤ ਕੱਢ ਲਵਾਂਗੇ। ਪਹਿਲੇ ਟੀਲਰ ਥਾ, ਨੋਟ ਥਾ, ਟੀਲਰ ਕਾ ਕਰੈਕਟਰ ਹੋ ਗਿਆ ਪਹਿਲੇ, ਉਸਕੇ ਬਾਅਦ ਨੋਟ ਫੁੱਲ ਆਨੇ ਕਾ ਟਾਈਮ, ਠੀਕ ਹੈ, ਫੁੱਲ ਆਨੇ ਕੇ ਪਹਿਲੇ, ਫੁੱਲ ਆਨੇ ਕਾ ਬਾਅਦ ਪੱਕਣੇ ਕੇ ਟਾਈਮ ਕੇ ਪਹਿਲੇ ਉਹ ਫਲੈਗਲੀਫ ਕਾ ਜਿਤਨੇ ਕਰੈਕਟਰ, ਪੱਕਣੇ ਕੇ ਬਾਅਦ ਪੱਕਣੇ ਕਾ ਟਾਈਮ, ਪੈਨੀਕਲ ਡੈਂਸਿਟੀ ਔਰ ਪੈਨੀਕਲ ਲੈਂਥ, ਔਰ ਇੱਕ ਬਾਕੀ ਹੋ ਗਿਆ ਕਿਆ ਹੈ, ਇਹ ਔਨ ਔਨ ਕਰੈਕਟਰ, ਠੀਕ ਹੈ। ਤੋ ਇਹ ਨਾਈਨਥ ਕਰੈਕਟਰ ਹੈ ਔਨ, ਠੀਕ ਹੈ, ਜੈਸੇ ਉਹ ਐਪਰੈਸਡ ਹੈ ਕਿ ਸਪਰੇਡ ਹੈ ਕਿ ਮੀਡੀਅਮ ਹੈ। ਔਰ ਲਾਸਟ ਕਰੈਕਟਰ ਆਪ ਅਗਰ ਕਰ ਸਕੇਂਗੇ ਤਾਂ ਬਹੁਤ ਬੜੀਆ ਹੋਗਾ, ਪੂਰਾ ਗੇਹੂੰ ਕਾ ਦਾਣੇ ਕਾ ਕਲਰ, ਠੀਕ ਹੈ, ਗ੍ਰੇਨ ਕਲਰ, ਗੇਹੂੰ ਕਾ ਦਾਣੇ ਕਾ ਕਲਰ, ਉਹ ਕਿਆ ਰੈਡ ਹੈ, ਪੀਲੀ ਹੈ, ਡੀਪ ਯੈਲੋ ਹੈ ਕਿ ਲਾਈਟ ਯੈਲੋ ਹੈ, ਹਾਂ ਬਰਾਊਨ ਹੈ, ਐਸਾ ਆਠ ਕਲਰ ਮਿਲਤੇ ਹੈ ਗੇਹੂੰ ਮੇ, ਇੱਕ ਇੱਕ ਵਰਾਇਟੀ ਮੇ ਟੋਟਲ ਆਠ ਕਰੈਕਟਰ ਸੰਭਵ ਹੈ। ਤੋ ਆਪਕਾ ਵਰਾਇਟੀ ਕਾ ਕਿਆ ਕਲਰ ਹੈ ਉਹ ਵੀ ਰਿਕਾਰਡ ਕਰਨਾ ਹੈ। ਅਗਰ ਆਪਕਾ ਇੱਕ ਪੈਨੀਕਲ ਮੇ ਬਾਕੀ ਸਭ ਮਿਲ ਗਿਆ, ਲੇਕਿਨ ਇੱਕ ਇੱਕ ਪੈਨੀਕਲ ਮੇ ਬਰਾਊਨ ਆ ਗਿਆ ਔਰ ਬਾਕੀ ਪੈਨੀਕਲ ਮੇ ਪੀਲੇ ਆ ਗਿਆ, ਤੋ ਬਰਾਊਨ ਕੋ ਨਿਕਲ ਦੇਣਾ, ਠੀਕ ਹੈ। ਉਲਟਾ ਵੀ ਹੋ ਸਕਤਾ ਹੈ, ਆਪਕਾ ਸਾਰੇ ਜ਼ਮੀਨ ਮੇ ਬਰਾਊਨ ਹੈ, ਲੇਕਿਨ ਦੋ ਤਿੰਨ ਪੈਨੀਕਲ ਮੇ ਯੈਲੋ ਆ ਗਿਆ, ਡੀਪ ਯੈਲੋ ਆ ਗਿਆ, ਉਸਕੋ ਨਿਕਲ ਦੇਣਾ, ਠੀਕ ਹੈ। ਤਾਂ ਸਿੱਟੇ ਦੀ ਲੰਬਾਈ ਤੋਂ ਬਾਅਦ ਜਿਹੜਾ ਅਗਲਾ ਕਰੈਕਟਰ ਆ ਬਈ, ਆਪਣੇ ਜਿਹੜੇ ਕਸੀਰ ਹੈਗੇ ਆ ਸਿੱਟੇ ਦੇ, ਉਹ ਕਿਸ ਤਰ੍ਹਾਂ ਦੇ ਹੈਗੇ, ਉਹ ਸਿੱਟੇ ਦੇ ਨਾਲ ਸਿੱਧੇ ਖੜਵੇਂ ਆ ਜਾਂ ਥੋੜ੍ਹੇ ਜਿਹੇ ਟੇਢੇ ਆ, ਅਤੇ ਜਾਂ ਉਹ ਬਾਹਰ ਨੂੰ ਖਿਲਰੇ ਹੋਏ ਹੈਗੇ ਆ, ਉਹ ਵੀ ਆਪਾਂ ਇੱਕ ਨਾਲ ਨੌਵੇਂ ਨੰਬਰ 'ਤੇ ਕਰ ਸਕਦੇ ਹਾਂ। ਇਸ ਤੋਂ ਬਾਅਦ ਦਸਵਾਂ ਕਰੈਕਟਰ ਜਿਹੜਾ ਕਣਕ ਦਾ ਹੈਗਾ ਵੀ ਆਪਾਂ ਦਾਣੇ ਦਾ ਰੰਗ ਕਿਹੜਾ ਹੈਗਾ, ਜਦੋਂ ਆਪਣੀ ਵਢਾਈ ਕਢਾਈ ਹੋ ਗਈ ਤਾਂ ਦਾਣੇ ਦਾ ਰੰਗ ਆਪਾਂ ਨੋਟ ਕਰ ਸਕਦੇ ਹਾਂ ਵੀ ਉਹ ਲਾਲੀ ਦੇ ਵਿੱਚ ਹੈਗਾ ਜਾਂ ਪੀਲਾ ਜਾਂ ਸਫੈਦ ਆ ਜਾਂ ਗੂੜਾ ਪੀਲਾ ਹਲਕਾ ਪੀਲਾ। ਇਹਦੇ ਵੈਸੇ ਤਾਂ ਕਣਕ ਦੇ ਵਿੱਚ ਘੱਟੋ ਘੱਟ 30-35 ਜਿਹੜੇ ਲੱਛਣ ਉਹ ਨੋਟ ਕੀਤੇ ਜਾਂਦੇ ਆ, ਪਰ ਕਿਸਾਨ ਆਪਦੇ ਲੈਵਲ 'ਤੇ ਜਿਹੜਾ ਸੌਖੇ ਤਰੀਕੇ ਨਾਲ ਕਰ ਸਕਦਾ, ਘੱਟੋ ਘੱਟ ਆਪਾਂ ਇਹ 10 ਕੁ ਗੁਣ ਜਿਹੜੇ ਉਹਦੇ ਜ਼ਰੂਰ ਨੋਟ ਕਰਾਂਗੇ ਤਾਂ ਆਪਾਂ ਉਹਦੀ ਸ਼ੁੱਧਤਾ ਦੀ ਜਿਹੜੀ ਪਹਿਚਾਣ ਹੈਗੀ ਆਪਣੀ ਕਿਸਮ ਦੀ ਉਹ ਆਪਾਂ ਚੰਗੀ ਤਰ੍ਹਾਂ ਬਣਾ ਕੇ ਰੱਖ ਸਕਦੇ ਹੈਗੇ।
ਇਹ ਉਹਦੇ 10 ਹੈਗੇ ਆ, ਉਹ ਕਿਹੜੇ ਟਾਈਮ 'ਤੇ ਕਰਨਾ, ਕਿਹੜਾ ਗੁਣ ਕਦੋਂ ਕਰਨਾ ਅਤੇ ਕਿੰਨੇ ਬੂਟਿਆਂ ਦੀ ਗਿਣਤੀ ਕਰਕੇ ਉਹ ਔਸਤ ਓਨੀ ਕੁ ਲੈਣੀ ਹੈਗੀ ਆ। ਇਸ ਤਰ੍ਹਾਂ ਨਹੀਂ ਵੀ ਆਪਾਂ ਇੱਕ ਇੱਕ ਦਾ ਕਰਕੇ ਉਹ ਨੋਟ ਕਰਨਾ ਹੈਗਾ, 5 ਦੀ ਉਹ ਗਿਣਤੀ ਕਰਕੇ ਉਹਦੀ ਆਪਾਂ ਐਵਰੇਜ ਉਹਦੇ ਵਿੱਚ ਲਵਾਂਗੇ। ਤਾਂ ਕਣਕ ਦੇ ਵਿੱਚ ਮੋਟੇ ਤੌਰ 'ਤੇ ਆਪਣੇ ਇਹ 10 ਗੁਣ ਹੈਗੇ ਆ। ਕੁਛ ਕੁ ਜਿਹੜੇ ਹੈਗੇ ਆਪਾਂ ਹੁਣ ਵੀ ਜਾ ਕੇ ਕਰ ਸਕਦੇ ਹੈਗੇ ਹਾਂ, ਕਿਉਂਕਿ ਦੁੱਧੇ 'ਤੇ ਕਣਕ ਹੈਗੀ ਆ ਪੱਕਣ ਤੋਂ ਹਜੇ ਪਹਿਲਾਂ ਹੈਗੀ, ਤਾਂ ਸਿੱਟੇ ਵਾਲੇ ਆਪਾਂ ਕਰ ਸਕਦੇ ਹਾਂ, ਕੁਛ ਦਾਣੇ ਵਾਲੇ ਉਦੋਂ ਬਾਅਦ 'ਚ ਵੀ ਹੋ ਸਕਣਗੇ। ਅਗਰ ਆਪਣੇ ਕਿਸੇ ਕਿਸਾਨ ਨੇ 10 ਕਰੈਕਟਰ ਪੂਰਾ ਨਹੀਂ ਕਰ ਸਕਤੇ ਹੈ, ਤੋ ਕਮ ਸੇ ਕਮ 6-7 ਕਰੈਕਟਰ ਵੀ ਕਰ ਸਕਤੇ ਹੈ, ਤੋ ਉਹ ਵੀ ਚਲੇਗਾ ਸ਼ੁਰੂਆਤ ਸੇ, ਠੀਕ ਹੈ। ਕੋਈ 10 ਕਰੈਕਟਰ ਮੈਂ 2 ਕਰੈਕਟਰ ਆਪ ਨਹੀਂ ਕਰ ਪਾਏ ਕਿ ਭੁੱਲ ਗਿਆ ਹੈ, ਲੇਕਿਨ ਜਿਤਨੇ ਜ਼ਿਆਦਾ ਕਰ ਸਕਤਾ ਹੈ ਉਤਨੀ ਮਜ਼ਬੂਤ ਆਪਕਾ ਗਿਆਨ ਹੋਗੀ, ਆਪਕਾ ਉਹ ਜੋ ਵੈਰਾਇਟੀਜ਼ ਕੋ ਚੁਣਾਵ ਕੇ ਲੀਏ ਜਿਤਨੇ ਕਰੈਕਟਰ ਜ਼ਿਆਦਾ ਹੋਗੇ ਉਸਕਾ ਪਰਫੈਕਸ਼ਨ ਜ਼ਿਆਦਾ ਬੜੀ ਜੀ ਹੈ, ਔਰ ਪਰਫੈਕਟ ਸਿਲੈਕਸ਼ਨ ਹੋ ਜਾਏਗੀ। ਤੋ ਇਹ ਸਭ ਹੈ ਚਿਹਰੇ ਕੇ ਲੀਏ, ਪੂਰਾ ਪੇੜੋ ਪੌਦੋਂ ਕੋ ਪੱਤੇ ਕੋ ਦਾਣੇ ਕੋ ਬਾਲੀ ਕੋ ਜੋ ਚਿਹਰਾ ਹੈ, ਇਹ ਤੋ ਮੋਰਫੋਲੋਜੀਕਲ ਕਰੈਕਟਰਸ ਬੋਲਤੇ ਹੈ, ਲੇਕਿਨ ਉਸਕੇ ਐਗਰੋਨੋਮਿਕ ਕਰੈਕਟਰ ਕਿਆ ਹੈ। ਐਗਰੋਨੋਮਿਕ ਕੇ ਮਤਲਬ ਇਸਕਾ ਉਤਪਾਦਨ, ਇਹ ਵੈਰਾਇਟੀ ਕਾ ਕੈਸੇ ਜ਼ਮੀਨ ਮੇ ਹੋਗੀ, ਉਸਕੇ ਲੀਏ ਇਸ ਵੈਰਾਇਟੀ ਕੇ ਲੀਏ ਜ਼ਿਆਦਾ ਪਾਣੀ ਲਗੇਗਾ ਕਿ ਕਮ ਪਾਣੀ ਲਗੇਗਾ, ਇਹ ਕੈਸੇ ਸਮਝੋਗੇ। ਮੰਨ ਲੀਜੀਏ ਆਪਕੋ ਇੱਕ ਵੈਰਾਇਟੀ ਮਿਲਾ ਗੁਜਰਾਤ ਸੇ, ਠੀਕ ਹੈ, ਯਹਾਂ ਪੰਜਾਬ ਮੇ ਕਿਸੀ ਨੇ ਇਹ ਪਹਿਲੇ ਨਹੀਂ ਕੀਆ, ਤੋ ਆਪ ਹੀ ਪਹਿਲੀ ਵਾਰ ਇਹ ਕਰ ਰਹੇ ਹੈ, ਤੋ ਆਪਕਾ ਕੈਸੇ ਮਾਲੂਮ ਪੜੇਗਾ ਜੀ ਉਹ ਵੈਰਾਇਟੀ, ਆਪਕਾ ਤੋ ਮੋਰਫੋਲੋਜੀ ਤੋ ਮਿਲ ਜਾਏਗਾ, ਜਹਾਂ ਵੀ ਜ਼ਮੀਨ ਮੇ ਲਗਾਏਗੇ ਉਸਕਾ ਪੱਤਾ ਵੀ ਨਿਕਲੇਗਾ, ਦਾਣੇ ਵੀ ਨਿਕਲੇਗਾ, ਕੋਈ ਪ੍ਰੋਬਲਮ ਨਹੀਂ ਹੈ। ਲੇਕਿਨ ਇਹ ਤੋਂ ਹੈ ਹੋ ਸਕਦਾ ਹੈ ਕਿ ਅਗਰ ਔਰ ਥੋੜ੍ਹਾ ਪਾਣੀ ਦੇਤੇ ਤੋ ਪੈਨੀਕਲ ਲੰਬਾਈ ਔਰ ਬੜ ਜਾਤੇ, ਹੋ ਸਕਦਾ ਹੈ, ਯਾ ਕਿ ਔਰ ਦੂਸਰਾ ਵੈਰਾਇਟੀ ਹੈ ਕਿ ਪਾਣੀ ਅਗਰ ਕਮ ਪੜਤੇ ਤੋ ਪੈਨੀਕਲ ਡੈਂਸਿਟੀ ਬੜ ਜਾਤੀ, ਲੇਕਿਨ ਆਪਕੋ ਜ਼ਿਆਦਾ ਪਾਣੀ ਦੇ ਦਿਆ ਇਸ ਲਈ ਪੈਨੀਕਲ ਡੈਂਸਿਟੀ ਦਾਣੇ ਕਾ ਸੰਖਿਆ ਘਟਾ ਹੋ ਗਿਆ, ਐਸਾ ਵੀ ਹੋ ਸਕਤਾ। ਤੋ ਆਪਕਾ ਕੈਸੇ ਮਾਲੂਮ ਪੜੇਗਾ ਕਿ ਆਪ ਜੋ ਪਾਣੀ ਦੇ ਰਹੇ ਹੈ ਉਹ ਕਾਫੀ ਹੈ ਕਿ ਭੁੱਲ ਹੈ, ਕਿ ਆਪ ਜਿਸ ਜ਼ਮੀਨ ਮੇ ਕਰ ਰਹੇ ਹੈ ਉਸੀ ਜ਼ਮੀਨ ਠੀਕ ਹੈ ਕਿ ਦੂਸਰਾ ਪੜੇਗਾ, ਜਿਸ ਜ਼ਮੀਨ ਮੇ ਪਾਣੀ ਬਿਲਕੁਲ ਠਹਰਤੇ ਨਹੀਂ ਉਸੀ ਇੱਕ ਤਰੀਕਾ ਹੈ, ਉਸੀ ਕੋ ਬੋਲਤੇ ਹੈ ਡ੍ਰਾਈ ਲੈਂਡ, ਆਪ ਲੈਂਡ। ਆਪ ਲੈਂਡ ਕਾ ਮਤਲਬ ਹੈ ਕਿ ਅਪਲੈਂਡ ਕਾ ਉਚਾਈ ਹੈ, ਲੇਕਿਨ ਉਚਾਈ ਨਹੀਂ, ਉਹ ਪਹਾੜ ਕੇ ਉੱਪਰ ਹੈ ਉਹ ਅਪਲੈਂਡ ਨਹੀਂ ਹੈ, ਜਿਸ ਜ਼ਮੀਨ ਮੇ ਉਹ ਨੀਚੇ ਮੇ ਵੀ ਹੋ ਸਕਤਾ ਹੈ, ਲੇਕਿਨ ਵਹਾਂ ਪਾਣੀ ਠਹਰਤੇ ਨਹੀਂ ਉਸਕੋ ਅਪਲੈਂਡ ਕਹਤੇ ਹੈ। ਔਰ ਪਹਾੜ ਕੇ ਉੱਪਰ ਟੀਲੇ ਮੇ ਇੱਕ ਜ਼ਮੀਨ ਹੈ ਜਹਾਂ ਪਾਣੀ ਬਰਸਾਤ ਕੇ ਪਾਣੀ ਆ ਜਾਏਗਾ ਤੋ 2 ਦਿਨ ਤੱਕ ਰੁਕ ਜਾਏਗਾ, ਉਸਕੋ ਬੋਲਤੇ ਹੈ ਲੋ ਲੈਂਡ, ਠੀਕ ਹੈ, ਉਸਕੋ ਬੋਲਤੇ ਹੈ ਲੋ ਲੈਂਡ ਨੀਚਾਈ ਕਾ। ਐਕਚੁਅਲੀ ਉਹ ਨੀਚਾਈ ਕਾ ਮਤਲਬ ਇਹ ਨਹੀਂ ਕਿ ਪਹਾੜ ਕੇ ਨੀਚੇ ਹੋਗਾ ਪਹਾੜ ਕੇ ਉੱਪਰ ਹੋਗਾ ਉਹ ਅਪਲੈਂਡ, ਠੀਕ ਹੈ। ਪਾਣੀ ਕਿਤਨਾ ਆਏਗਾ, ਪਾਣੀ ਕਿਤਨਾ ਪਕੜੇਗਾ ਜ਼ਮੀਨ ਮੇ ਉਸਕੋ ਉਸਕੇ ਉੱਪਰ ਬੋਲਤੇ ਹੈ, ਜਹਾਂ ਪਾਣੀ ਬਿਲਕੁਲ ਨਹੀਂ ਰਹੇਗਾ ਪੂਰਾ ਸੁੱਕਾ ਹੋ ਜਾਏਗੀ ਬਰਸਾਤ ਕੇ ਬਾਅਦ ਵੀ, ਹਾਂ ਪੂਰਾ 2 ਘੰਟੇ ਬਰਸਾਤ ਹੋ ਗਿਆ ਬਾਰਿਸ਼ ਹੋ ਗਿਆ, ਲੇਕਿਨ 2 ਘੰਟੇ ਕੇ ਬਾਅਦ 2-3 ਘੰਟੇ ਬਾਅਦ ਦੇਖੇਂਗੇ ਇੱਕਦਮ ਪੂਰਾ ਸੁੱਕਾ ਹੋ ਗਿਆ, ਉਹ ਹੈ ਅਪਲੈਂਡ। ਔਰ 3 ਘੰਟਾ ਕਿ 2 ਘੰਟਾ ਬਾਰਿਸ਼ ਹੋ ਗਿਆ ਲੇਕਿਨ 2 ਦਿਨ ਤੱਕ ਉਹ ਪਾਣੀ ਠਹਿਰ ਜਾਏਗਾ, ਉਹ ਹੈ ਲੋ ਲੈਂਡ। ਔਰ ਮੀਡੀਅਮ ਲੈਂਡ ਐਸਾ ਹੋਗਾ ਕਿ ਉਹ ਪਾਣੀ ਠਹਿਰੇਗਾ ਨਹੀਂ, ਸੁੱਕਾ ਵੀ ਨਹੀਂ ਹੋਗੀ, ਲੇਕਿਨ ਮਿੱਟੀ ਗਿੱਲਾ ਰਹੇਗਾ। ਮਿੱਟੀ ਗਿੱਲਾ ਰਹੇਗਾ ਕਿ ਮਤਲਬ ਉਹ ਪਾਣੀ ਨਹੀਂ ਠਹਿਰੇਗਾ, 1 ਮਿਲੀਮੀਟਰ ਵੀ ਨਹੀਂ ਠਹਿਰੇਗਾ, ਲੇਕਿਨ ਆਪ ਜਬ ਉਹ ਹੱਥ ਮੇ ਉਹ ਮਿੱਟੀ ਕੋ ਚਪੇਗਾ ਦੇਖੇਂਗੇ ਹੱਥ ਗਿੱਲਾ ਹੋ ਜਾਏਗੀ, ਠੀਕ ਹੈ। ਮਿੱਟੀ ਕੇ ਉੱਪਰ ਪਾਣੀ ਨਹੀਂ ਹੈ ਲੇਕਿਨ ਮਿੱਟੀ ਟੱਚ ਕਰੇਗਾ ਤੋ ਪਾਣੀ ਆ ਜਾਏਗਾ ਗਿੱਲਾ ਹੈ, ਉਹ ਹੈ ਮੀਡੀਅਮ ਲੈਂਡ, ਠੀਕ ਹੈ। ਇਹ ਤਿੰਨੋਂ ਲੈਂਡ ਕਾ ਕਿਸ ਟਾਈਪ ਕਾ ਜ਼ਮੀਨ ਆਪਕੇ ਇਹ ਵੈਰਾਇਟੀ ਕੇ ਲੀਏ ਜੋ ਨਯਾ ਵੈਰਾਇਟੀ ਆਪ ਕਰ ਰਹੇ ਹੈ ਉਹ ਵੈਰਾਇਟੀ ਕਿਸ ਟਾਈਪ ਕਾ ਜ਼ਮੀਨ ਪਰਫੈਕਟ ਹੈ ਅਪਰੋਪ੍ਰੀਏਟ ਹੈ। ਅਗਰ ਉਹ ਆਪ ਲੈਂਡ ਕੇ ਲੀਏ ਪਰਫੈਕਟ ਹੈ ਤੋ ਆਪ ਬਹੁਤ ਪਾਣੀ ਦੇ ਕਰਕੇ ਉਸਕਾ ਗਿੱਲਾ ਕਰ ਦਿਆ ਤੋ ਉਸਕਾ ਉਤਪਾਦਨ ਘਟਾ ਹੋ ਜਾਏਗਾ। ਇਸ ਤੋਂ ਪਹਿਲਾਂ ਜਿਹੜੇ ਆਪਾਂ ਕਣਕ ਦੇ ਵਿੱਚ 10 ਗੁਣ ਵੇਖੇ ਸੀਗੇ ਆਪਾਂ ਬਾਹਰੀ ਗੁਣ ਸੀਗੇ ਉਹਦੇ, ਜਿਹੜੇ ਆਪਾਂ ਬਾਹਰੋਂ ਦੇਖ ਕੇ ਆਪਾਂ ਨੂੰ ਪਤਾ ਲੱਗ ਸਕਦਾ ਹੈਗਾ,
ਪਰ ਇਹ ਤੋਂ ਬਿਨਾਂ ਕੋਈ ਮੰਨ ਲਓ ਆਪਾਂ ਬਾਹਰ ਤੋਂ ਬੀਜ ਲੈ ਕੇ ਆਉਂਦਾ ਹੈਗਾ, ਉਹ ਬੀਜ ਦੀ ਜ਼ਰੂਰਤ ਕੀ ਹੈਗੀ ਆ, ਵੀ ਉਹਨੂੰ ਪਾਣੀ ਵੱਧ ਚਾਹੀਦਾ ਘੱਟ ਚਾਹੀਦਾ, ਕਿਹੜੀ ਜ਼ਮੀਨ ਦੇ ਵਿੱਚ ਉਹ ਹੋ ਸਕਦਾ ਹੈਗਾ, ਉਹਦਾ ਆਪਾਂ ਕਿਵੇਂ ਪਤਾ ਲਗਾ ਸਕਦੇ ਹੈਗੇ ਹਾਂ। ਵੀ ਇਹ ਬਾਹਰਲੇ ਤਾਂ ਆਪਾਂ ਨੋਟ ਕਰ ਲਵਾਂਗੇ, ਲੰਬਾਈ ਚੜਾਈ ਸਾਰਾ ਕੁਛ ਦੇਖ ਲਓ, ਮੰਨ ਲਓ ਬੀਜ ਬੀਜਤਾ ਤਾਂ ਉਹ ਜਿਹੜਾ ਕੁਛ ਲੱਛਣ ਆਉਣਗੇ ਆਪਾਂ ਉਹ ਨੋਟ ਕਰ ਲਵਾਂਗੇ, ਪਰ ਹੋ ਸਕਦਾ ਵੀ ਉਹਨੂੰ ਜਿਹੜੀ ਪਾਲਣ ਪੋਸ਼ਣ ਕਰਨੀ ਸੀ ਉਹਦੇ ਵਿੱਚ ਆਪਣੇ ਤੋਂ ਕੋਈ ਘਾਟ ਵੱਧ ਰਹਿ ਗਈ ਹੋਵੇ, ਕਣਕ ਹੋਵੇ ਉਹ ਬੀਜ ਹੋਵੇ ਵੀ ਉਹਨੂੰ ਘੱਟ ਪਾਣੀ ਲੱਗਦਾ ਹੋਵੇ ਅਤੇ ਆਪਾਂ ਉਹਨੂੰ ਜ਼ਿਆਦਾ ਪਾਣੀ ਲਗਾ ਤੇ ਉਹਦੇ ਨਾਲ ਜਿਹੜੇ ਉਹਦੇ ਉਹ ਗੁਣ ਸੀਗੇ ਉਹਨਾਂ ਦੇ ਵਿੱਚ ਫਰਕ ਆ ਸਕਦਾ। ਕਣਕ ਹੋ ਸਕਦਾ ਵੀ ਉਹਨੂੰ ਜ਼ਿਆਦਾ ਪਾਣੀ ਚਾਹੀਦੇ ਹੁਣ, ਆਪਾਂ ਉਹਨੂੰ ਦੋ ਤਿੰਨ ਪਾਣੀ ਲਗਾਏ ਆ ਤਾਂ ਵੀ ਉਹਦੇ ਜਿਹੜੇ ਉਹ ਗੁਣ ਹੈਗੇ ਉਹ ਬਦਲ ਸਕਦੇ ਆ। ਤਾਂ ਇਹ ਆਪਾਂ ਨੂੰ ਕਿਵੇਂ ਪਤਾ ਲੱਗ ਸਕਦਾ ਹੈਗਾ ਵੀ ਉਹਦੀਆਂ ਜਿਹੜੀਆਂ ਪਾਲਣ ਪੋਸ਼ਣ ਕਰਨ ਦੇ ਵਿੱਚ ਕੀ ਆਪਾਂ ਨੂੰ ਉਹ ਸਾਵਧਾਨੀਆਂ ਵਰਤਣੀਆਂ ਹੈਗੀਆਂ? ਤਾਂ ਇਹਦੇ ਵਿੱਚ ਇੱਕ ਹੁੰਦਾ ਵੀ ਉਹ ਜਿਹੜੀ ਬੀਜ ਹੈਗਾ ਵੀ ਉਹ ਕਿਹੜੀ ਜ਼ਮੀਨ ਦੇ ਵਿੱਚ ਲੱਗਣ ਵਾਲਾ ਹੈਗਾ। ਇੱਕ ਅਪਲੈਂਡ ਜ਼ਮੀਨ ਹੁੰਦੀ ਹੈ, ਇੱਕ ਮੀਡੀਅਮ ਲੈਂਡ ਹੁੰਦੀ ਹੈ ਅਤੇ ਇੱਕ ਲੋ ਲੈਂਡ ਹੁੰਦੀ ਹੈ। ਕੁਛ ਕਿਸਮਾਂ ਹੁੰਦੀਆਂ ਜਿਹੜੀਆਂ ਸਿਰਫ ਉਹ ਅਪਲੈਂਡ ਦੇ ਵਿੱਚ ਹੀ ਲੱਗ ਸਕਦੀਆਂ। ਅਪਲੈਂਡ ਆਪਾਂ ਉਸ ਨੂੰ ਕਹਿੰਦੇ ਹਾਂ, ਆਏ ਨਹੀਂ ਵੀ ਉਹ ਜਿਹੜੀ ਉੱਚੀ ਜ਼ਮੀਨ ਹੈਗੀ ਆ, ਉੱਚੀ ਜਗ੍ਹਾ 'ਤੇ ਹੈਗੀ ਉਹ ਅਪਲੈਂਡ ਹੋਊਗੀ। ਅਪਲੈਂਡ ਆਪਾਂ ਉਸ ਨੂੰ ਕਹਿੰਦੇ ਹਾਂ ਜਿਹਦੇ ਵਿੱਚ ਮੀਂਹ ਪੈ ਗਿਆ, ਮੰਨ ਲਓ ਦੋ ਤਿੰਨ ਘੰਟੇ ਮੀਂਹ ਪੈ ਗਿਆ, ਮੀਂਹ ਪੈਣ ਤੋਂ ਦੋ ਘੰਟਿਆਂ ਬਾਅਦ ਖੇਤ ਦੇ ਵਿੱਚ ਸਾਰਾ ਪਾਣੀ ਖਤਮ ਹੋ ਗਿਆ, ਜਾਂ ਤਾਂ ਜ਼ਮੀਨ ਪੀ ਗਈ ਜਾਂ ਉਹ ਆਸੇ ਪਾਸੇ ਜਾ ਵੜਿਆ, ਮਤਲਬ ਉੱਪਰ ਦੇਖਣ ਨੂੰ ਆਪਾਂ ਨੂੰ ਕੋਈ ਵੀ ਉਹਦੇ ਵਿੱਚ ਪਾਣੀ ਨਹੀਂ ਦਿਸਦਾ ਗਾ, ਉਸ ਜ਼ਮੀਨ ਨੂੰ ਆਪਾਂ ਅਪਲੈਂਡ ਕਹਿੰਦੇ ਹਾਂ। ਅਤੇ ਇੱਕ ਲੋ ਲੈਂਡ ਜ਼ਮੀਨ ਹੁੰਦੀ ਹੈ ਜਿਹੜੀ ਦੇ ਵਿੱਚ ਕਿ ਮੰਨ ਲਓ ਦੋ ਘੰਟੇ ਮੀਂਹ ਪੈ ਗਿਆ ਤਾਂ ਦੋ ਦਿਨ ਉਹਦੇ ਵਿੱਚ ਪਾਣੀ ਖੜ੍ਹਾ ਹੀ ਰਿਹਾ, ਸੁੱਕਿਆ ਹੀ ਨਹੀਂ, ਉਸ ਜ਼ਮੀਨ ਨੂੰ ਲੋ ਲੈਂਡ ਗਰੁੱਪ ਦੇ ਵਿੱਚ ਉਹ ਆਉਂਦੀ ਹੈਗੀ ਆ। ਲੋ ਲੈਂਡ ਦਾ ਇੰਨੀ ਮਤਲਬ ਜਿਹੜੀ ਨੀਵੇਂ ਥਾਂ 'ਤੇ ਹੋਊਗੀ ਉਹ ਲੋ ਲੈਂਡ ਹੈਗੀ, ਉਹ ਉੱਚੀ ਵੀ ਹੋ ਸਕਦੀ ਹੈਗੀ ਆ, ਪਰ ਉਹਦਾ ਮਕਸਦ ਦੇਖਣਾ ਆਪਾਂ ਇਹ ਆ ਵੀ ਉਹ ਮੀਂਹ ਪੈਣ ਤੋਂ ਬਾਅਦ ਕਿੰਨਾ ਕੁ ਚਿਰ ਉਹ ਪਾਣੀ ਉਹਦੇ ਵਿੱਚ ਰੁਕਦਾ ਹੈਗਾ। ਇੱਕ ਇਹਨਾਂ ਦੇ ਦੋਵਾਂ ਦੇ ਵਿਚਕਾਰ ਆ ਜਾਂਦੀ ਆ ਮੀਡੀਅਮ ਲੈਂਡ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦੇ ਵਿੱਚ ਕੀ ਹੈਗਾ ਮੀਂਹ ਪਿਆ ਦੋ ਤਿੰਨ ਘੰਟੇ ਦੇ, ਪਰ ਉਹ ਪਾਣੀ ਨਾ ਤਾਂ ਉਹਦੇ ਵਿੱਚ ਬਾਹਰ ਦਿਸ ਰਿਹਾ ਹੈਗਾ, ਪਰ ਜਦੋਂ ਆਪਾਂ ਮਿੱਟੀ ਨੂੰ ਹੱਥ ਲਾਉਂਦੇ ਹਾਂ ਤਾਂ ਆਪਣੇ ਹੱਥ ਜਿਹੜਾ ਉਹ ਗਿੱਲਾ ਹੋ ਜਾਂਦਾ ਹੈਗਾ, ਪਾਣੀ ਉੱਪਰ ਨਹੀਂ ਖੜਿਆ ਹੈਗਾ ਗਾ, ਪਰ ਆਪਣੇ ਉਹਦੇ ਵਿੱਚ ਸਲਾਬ ਪੂਰੀ ਉਹਨੇ ਸੋਕ ਕੇ ਰੱਖੀ ਹੋਈ ਹੈਗੀ ਆ। ਉਹ ਮੀਡੀਅਮ ਲੈਂਡ ਦੇ ਵਿੱਚ ਮਿੱਟੀ ਜਿਹੜੀ ਹੈਗੀ ਉਹ ਮੀਡੀਅਮ ਲੈਂਡ ਵਰਗ ਦੇ ਵਿੱਚ ਆਪਾਂ ਉਹਨੂੰ ਗਿਣਦੇ ਹੈਗੇ ਹਾਂ। ਤਾਂ ਇਹ ਹੁਣ ਹਰੇਕ ਬੀਜ ਦੀ ਖਾਸੀਅਤ ਹੁੰਦੀ ਹੈ ਵੀ ਉਹ ਅਪਲੈਂਡ ਵਾਲਾ ਅਪਲੈਂਡ ਵਿੱਚ ਹੀ ਹੋਊਗਾ। ਜੇ ਆਪਾਂ ਅਪਲੈਂਡ ਵਾਲੀ ਜਿਹੜੀ ਕਿਸਮ ਹੈਗੀ ਉਹਨੂੰ ਜ਼ਿਆਦਾ ਪਾਣੀ ਦਿੰਦੇ ਰਹੇ ਤਾਂ ਉਹਦੇ ਜਿਹੜੇ ਗੁਣ ਹੈਗੇ ਉਹ ਬਦਲ ਜਾਣਗੇ। ਇਹਦੇ ਬਾਰੇ ਆਪਾਂ ਅੱਗੇ ਹੋਰ ਦੇਖਦੇ ਹਾਂ। ਅਗਰ ਆਪ ਪਹਿਲੀ ਵਾਰ ਇਹ ਇਸਤੇਮਾਲ ਕਰਤੇ ਹੈ ਤੋ ਆਪਕੋ ਐਕਸਪੈਰੀਮੈਂਟ ਕਰਨਾ ਪੜੇਗਾ। ਤੋ ਆਪਕਾ ਜ਼ਮੀਨ ਮੇਂ ਛੋਟਾ ਇੱਕ ਜ਼ਮੀਨ ਮੇਂ ਆਪਕਾ ਮੰਨ ਲੀਜੀਏ ਇਤਨਾ ਬੜਾ ਜ਼ਮੀਨ ਹੈ, ਠੀਕ ਹੈ, ਲੇਕਿਨ ਆਪਕੋ ਛੋਟਾ ਐਕਸਪੈਰੀਮੈਂਟ ਪਲਾਟ ਹੈ ਕਰਨਾ ਪੜੇਗਾ ਕਿ 4 ਮੀਟਰ ਬਾਈ 4 ਮੀਟਰ ਤੀਨ ਜ਼ਮੀਨ ਕੈਸਾ ਐਸਾ ਹੋ ਸਕਤਾ ਕਿ 1 ਮੀਟਰ ਬਾਈ 5 ਮੀਟਰ ਜੋ ਵੀ ਹੋ ਆਪਕਾ ਜਿਤਨੇ ਜ਼ਮੀਨ ਹੋ ਤੋ ਐਕਸਪੈਰੀਮੈਂਟਲ ਪਲਾਟ ਤੀਨ ਕੋ ਕਰਨਾ ਪੜੇਗਾ ਐਕਸਪੈਰੀਮੈਂਟ ਕੇ ਲੀਏ। ਤੋ ਬਾਕੀ ਸਭ ਜੋ ਪੁਰਾਣੇ ਆਪ ਕਰਤੇ ਹੋ ਉਹ ਕਰ ਲੀਜੀਏ, ਲੇਕਿਨ ਜੋ ਨਯਾ ਵਰਾਇਟੀ ਹੈ ਉਸਕੇ ਲੀਏ ਐਕਸਪੈਰੀਮੈਂਟ ਕਾ 3 ਪਲਾਟ ਮੇਂ ਕਰਨਾ ਪੜੇਗਾ। 3 ਪਲਾਟ ਉਹ ਆਸ ਪਾਸ ਮੇਂ ਹੋ ਸਕਤਾ ਹੈ, ਅਲੱਗ ਅਲੱਗ ਜਗ੍ਹਾ ਮੇਂ ਵੀ ਹੋ ਸਕਤਾ ਹੈ। ਹਾਂ ਮੈਂ ਤੋ ਆਸ ਪਾਸ ਮੇਂ ਦਿਖਾ ਰਹਾ ਹੂੰ, ਲੇਕਿਨ ਉਹ ਜ਼ਮੀਨ ਕੋ ਟ੍ਰੀਟਮੈਂਟ ਪਾਣੀ ਕਾ ਟ੍ਰੀਟਮੈਂਟ ਬਹੁਤ ਧਿਆਨ ਸੇ ਕਰਨਾ ਪੜੇਗਾ। ਇੱਕ ਜ਼ਮੀਨ ਕੋ ਇੱਕ ਪਲਾਟ ਕੋ ਅਪਲੈਂਡ ਕਰਨਾ ਪੜੇਗਾ। ਉਸਕਾ ਮਤਲਬ ਕਿਆ ਹੈ, ਐਸਾ ਜ਼ਮੀਨ ਰੱਖਣਾ ਹੈ ਕਿ ਜਹਾਂ ਪਾਣੀ ਨਹੀਂ ਠਰੇ। ਹਾਂ ਤੋ ਪਾਣੀ ਬਿਲਕੁਲ ਨਹੀਂ ਠਰੇ, ਇਸੀ ਵਕਤ ਕੋਈ ਬਰਸਾਤ ਨਹੀਂ ਹੋਈ ਥੀ। ਹਾਂ ਇਸ ਟਾਈਮ ਮੇਂ ਜਬ ਗੇਹੂੰ ਕਰ ਰਹੇ ਥੇ ਉਸੀ ਵਕਤ ਪਾਣੀ ਬਾਰਿਸ਼ ਕਾ ਪਾਣੀ ਨਹੀਂ ਆਤੇ ਥੇ, ਆਪ ਇਰੀਗੇਸ਼ਨ ਦੇ ਦੇਖੇ ਤੋ ਆਪ ਐਸਾ ਇਰੀਗੇਸ਼ਨ ਕਰ ਲੀਜੀਏ ਕਿ ਪਹਿਲੇ ਵਾਰ ਇੱਕ ਵਾਰ ਇਰੀਗੇਟ ਕਰਨੇ ਕੇ ਬਾਅਦ ਦੇਖ ਲੀਜੀਏ ਕਿਤਨੇ ਦਿਨ ਤੱਕ ਉਹ ਠਰਤੇ ਹੈ, ਪਾਣੀ ਕਿਤਨੇ ਦਿਨ ਤੱਕ ਠਰਤੀ ਹੈ। ਅਗਰ ਉਹ ਜਮ ਜਾਤੇ ਰੁਕ ਜਾਤੇ 2-3 ਦਿਨ ਉਹ ਉਸਕੋ ਲੋ ਲੈਂਡ ਬਤਾ ਦੀਜੀਏ, ਠੀਕ ਹੈ, ਜਿਸ ਜ਼ਮੀਨ ਮੇਂ ਲੋ ਲੈਂਡ ਹੋ ਗਏ ਉਹ ਆਪ ਪਾਣੀ ਠਰਨੇ ਕਾ ਬੰਦੋਬਸਤ ਕਰ ਲੀਜੀਏ, ਉਸਕੋ ਲੋ ਲੈਂਡ ਕਰ ਦੀਜੀਏ। ਇੱਕ ਜ਼ਮੀਨ ਕਰ ਦੀਜੀਏ ਕਿ ਬਹੁਤ ਕਮ ਪਾਣੀ ਆਏਗਾ ਲੇਕਿਨ ਸੁੱਕਾ ਰਹੇਗਾ, ਬਿਲਕੁਲ ਸੁੱਕਾ ਰਹੇਗਾ, ਇਰੀਗੇਸ਼ਨ ਮਤ ਕੀਜੀਏ। ਅਗਰ ਕਰੇਂਗੇ ਤਾਂ ਬਹੁਤ ਕਮ ਕਰ ਦੀਜੀਏ, ਲਗਾਣੇ ਕਾ ਬਾਅਦ ਉਗਾਣੇ ਕਾ ਬਾਅਦ ਸੁਕਾ ਦੀਜੀਏ, ਠੀਕ ਹੈ, ਉਸਕਾ ਡਰੇਨ ਆਊਟ ਕਰ ਦੀਜੀਏ। ਅਗਰ ਪਾਣੀ ਆ ਜਾਏਗਾ ਤਾਂ ਡਰੇਨ ਚੈਨਲ ਬਣਾ ਦੀਜੀਏ ਤਾਂ ਕਿ ਉਸਕੋ ਜੋ ਐਕਸੈਸ ਜੋ ਪਾਣੀ ਹੋਤਾ ਹੈ ਉਹ ਨਿਕਲ ਜਾਏ, ਜ਼ਮੀਨ ਮੇਂ ਨਹੀਂ ਠਰੇ, ਤੋ ਉਹ ਅਪਲੈਂਡ ਬਣ ਗਿਆ, ਠੀਕ ਹੈ। ਔਰ ਮੀਡੀਅਮ ਲੈਂਡ ਹੋ ਗਏ ਕਿ ਪਾਣੀ ਆਏਗਾ ਉਸਕੋ ਵੀ ਡਰੇਨ ਕਰ ਲੀਜੀਏ, ਲੇਕਿਨ ਜਬ ਉਹ ਸੁਕਾ ਜਾਏਗਾ ਬਿਲਕੁਲ ਸੁਕਾ ਜਾਏਗਾ ਫਿਰ ਥੋੜ੍ਹਾ ਪਾਣੀ ਦੇ ਦੀਜੀਏ ਤਾਂ ਕਿ ਉਹ
बराबर वो थोड़ा गीला रहेगा, गीला रहेगा का मतलब पानी नहीं ठहरना, ठीक है, थोड़ा मॉइस्ट होना चाहिए। जब वो हेयरलाइन क्रैक हो जाएगा, मिट्टी में क्रैक हो जाएगी, जब वो क्रैक हो जाएगी फिर और थोड़ा पानी दीजिए। पानी देने के बाद साथ साथ पानी ऐसा नहीं कि वो एक फीट दो फीट पानी ठहरना है, ठीक है, देने के साथ साथ बंद कर दीजिए, फिर दो दिन देखिए, फिर हेयरलाइन क्रैक आएगा, फिर छोड़ दीजिए, उसको मीडियम लैंड कहेंगे। अगर आपका ज़मीन मीडियम लैंडी है तो इतना मेहनत करने का ज़रूरत नहीं है, आपका ज़मीन का करेक्टर मीडियम लैंडी है तो और कुछ नहीं करना। अगर नहीं हो तो ये मेहनत करना पड़ेगा मीडियम लैंड बनाने के लिए। अगर अपलैंड आपका ज़मीन ऐसा ही अपलैंड है, पानी नहीं होने से बराबर सूखा होते तो अपलैंड ही हो गया। अगर लो लैंड है कि जितने जमीन जमीन में जितने पानी छोड़ेंगे वो पानी दो तीन दिन तक ऐसा ही रह जाएगा तो आपसे लो लैंड हो गया। अगर नहीं हो तो उसको लो लैंड बनाना पड़ेगा। क्लियर? तो ये तीन तरीका का ज़मीन आपके ज़मीन में बनाना पड़ेगा, ठीक है, उगाने का बाद गेहूं का बीज कि धान का बीज जो भी हो, नया जो वैरायटी है उसको लगाने के बाद ऐसा ट्रीटमेंट करना पड़ेगा। एक बार तो आप हम जो बीज बाहर तो लैके आंदा आप चेक करना है भी यह कि जमीन के वधिया होंगे, तो आप कि तरह की जमीन होंगी वह पहले समझी हैगी, एक सुकी हैगी, एक दो दिन तक पानी खड़ जाता, एक वह पानी पी जाती है पर गिल बनी रही हैगी। तो आप जी वरायटी लैके आती सी आपके खेत के पहले साल जी आप नहीं पता वह भी असल कि तरह की वरायटी हैगी है, तो उन्होंने आपको आपके खुद के खेत के टेस्ट करना पेगा। ये वास्ते आप ज़्यादा एरिया नहीं चाहिए गा, आप थोड़ा जहा थान ले लवेंगे, मान लो मंजे के जिन्ना जहाँ थान हैगा उन्होंने आप तीन चार हिस्से तीन हिस्सों के वंड लवेंगे। उत्थे आप इको वरायटी बीजी हैगी वटा पा के उन्होंने आप तीन हालात वो बनाने है, एक जी क्यारी होगी वो बहुत घट पानी लगा, घट पानी लगावेंगे तो जमीन जी सुकी रहेगी, सुकी होगी तो वह अपनी कि तरह की जमीन के आजगी अपलैंड वाली जमीन के आजगी, उस आप बहुत घट पानी लगावेंगे तो वह अपना अपलैंड वाली जोड़े हालात उस खेत के उस क्यारी दे बना देने है। दूसरी क्यारी के आप लो लैंड वाले हालात बना देने है भी आपू पानी इन्ना क लगा भी वो घट्टो घट एक दो दिन पानी वो भर के खड़िया रहे। तीसरी एक आप होर व्यवस्था करनी हैगी भी जिड़ी आप मीडियम लैंड के हालात उस क्यारी दे देने है, मतलब आपू पानी लगया वो एक दो पानी पी गई उदू बाद हल्का जहा पानी आप होर नाल नाल देंदे रहेंगे, एक दो दिन बाद फिर थोड़ा जहा पानी पाता, एक दो दिन बाद होर पानी पाता ता कि जमीन के पानी खड़े भी ना तो जमीन सुके भी ना, वो नमी पूरी बनी रहे। जी अपलैंड वाली बनानी है इधरों पानी लगया तो इधर तो दूजे पास जी आप कढ़ता बहरले पास ड्रेन करता ता कि पानी रुके ना, एक बार लगया तो पर जमीन नाल दी नाल सुक जाए। लो लैंड वाली करनी वो पानी पूरा थल देना है। ये तीन तरह के आप एक्सपैरीमेंट इको वरायटी के आप खेत करके देखने अगे आपको फिर वह पता लगेगा भी वह किस्म कि वह मानती हैगी। इसके बाद अब तो उगा दिए गेहूँ उगाएगा तीनों जगह में एक ही वैरायटी का, ठीक है, और उस जो गेहूँ लगाएंगे उसका डेंसिटी भी एक बराबर करना पड़ेगा, ठीक है। अगर आप 10 इंच 10 इंच छोड़ेंगे यहाँ तो तीन ही ज़मीन में वो 10 इंच का फर्क रखना ही पड़ेगा। ऐसा नहीं हो कि यहाँ दो इंच करेंगे, यहाँ 10 इंच करेंगे, यहाँ 5 इंच करेंगे, ऐसा नहीं हो सकेगा। जो भी लगाएंगे पूरा बराबर एक तरीका का लगाएंगे, लगाने के बाद देखेंगे उसका प्रोडक्शन क्या होगा, प्रोडक्शन पैदावार कैसा पैदावार होते हैं। तो पैदावार होने के बाद आप बताइए कौन कौन करेक्टर बिल्कुल चेंज नहीं होगी। अगर एक ही वैरायटी होगा तीन जमीन में कौन कौन करेक्टर बिल्कुल बदल नहीं होगी बताइए। तीनों जमीन में पानी कम ज्यादा ऐसा होगा तो उसके बाद पैदावार थोड़ा बहुत बदल जाएगी, लेकिन कौन कौन करेक्टर एकदम जेनेटिकली फिक्स्ड है वो बिल्कुल बदलेगा नहीं, कौन कौन करेक्टर होगी। पहले से शुरू कर दीजिए एकदम उगाने के बाद, जो फर्स्ट करेक्टर था टीलरिंग, ठीक है, टीलरिंग बदलेगा।
बदल जाएगी। इसके बाद नोट कलर, नोट कलर कभी नहीं बदलेगा, ये जेनेटिक, ठीक है। तीनों जमीन में नोट कलर एक ही रहेगा। इसके बाद फ्लैग लीफ एंगल, वो भी चेंज नहीं होगी। फ्लैग लीफ का मार्जिन, वो भी चेंज नहीं होगी। फ्लैग लीफ का लेंथ विड्थ, ये बदल सकती है थोड़ा बहुत, ठीक है, वो जमीन के ऊपर वो निर्भर करेगा। तो चेंज वाले जो है, थोड़ा थोड़ा चेंज हो जाएगी। तो एक नंबर होगा टीला रिंग, दो नंबर होगा फ्लैग लीफ लेंथ, फ्लैग लीफ लंबाई चौड़ाई, ये दोनों फ्लैग लीफ का। फिर पैनिकल डेंसिटी, ये भी चेंज हो जाएगी। पैनिकल लेंथ, ये भी चेंज हो जाएगी, लेकिन ऑन चेंज नहीं होगी। ग्रीन कलर चेंज नहीं होगी, ठीक है। तो आपको देखना है टीला रिंग और फ्लैग लीफ एंगल, तो वो तो रिकॉर्ड करेगी, लेकिन पैनिकल डेंसिटी, पैनिकल लेंथ, ये तीन करेक्टर के बाद देखेंगे किसका वो पैदावार कितना, किस जमीन में ज़्यादा होता है, किस जमीन में कम होते हैं, ठीक है। अगर मान लीजिए इसी वैरायटी सबसे बढ़िया होते हैं अपलैंड में, ये हो सकता है किस वैरायटी है जो अपलैंड में जब जमीन सूखा हो गई उसे वक्त वो पैनिकल डेंसिटी भी बढ़ेगा, टीलरिंग डेंसिटी भी बढ़ेगा, ऐसा हो सकता है। अगर हो जाए तो इसको चुनना है अपलैंड और ड्राउट टॉलरेंट वैरायटी, यानी कि जो लोलैंड में होगा ज़्यादा पानी होगी, पानी जम जाते उसे जमीन में, अगर ये तीन करेक्टर ज़्यादा हो जाते, लंबाई हो जाते, डेंसिटी बढ़ जाते, टीलरिंग भी बढ़ जाते और हॉट टीलर में पैनिकल आ जाते, हॉट बाली आ जाते, तो ये तीन जो करेक्टर है इसको बोलेंगे फ्लड टॉलरेंट माइल्ड। उसके बाद देखेंगे कि 2 इंच पानी में कितना होता है, 2 फीट पानी में कितना होता है, 4 फीट पानी में कितना है, वो तो बाद में देखेंगे, लेकिन वो ड्राउट टॉलरेंट नहीं है, ये काफ़ी हो जाएगी। और मैक्सिमम जो देखेंगे मीडियम लैंड का, उसका गीला होने से काफ़ी होगा। अगर वो मीडियम लैंड में ज़्यादा होते हैं तो इसका मतलब क्या है, आपका पानी का खर्चा कम हो जाएगी, आपको इरिगेशन करके पंप करके इतना जमीन को एकदम 4 इंच पानी में बांधने का कोई ज़रूरत नहीं होगी, सिर्फ गीला करने से ही काफ़ी हो जाएगी, बस आपका पंप का पानी के जो खर्चा होते वो बच जाएगी। अगर वो ड्राई लैंड वैरायटी है, अपलैंड वैरायटी है, तो पानी देना ही नहीं पड़ेगा, सिर्फ वो उगाने का टाइम जो पानी लगेगा गीला करने का, बस वो करके छोड़ दीजिए, पानी और भी खर्चा कम हो जाएगी, ठीक है। क्योंकि इसी वक्त इसी टाइप का वैरायटी होगा तो ज़्यादा पानी दोगे तो उसका पैदावार कम हो जाएगी, आपका लॉस हो जाएगी, खर्चा भी बढ़ जाएगा, यील्ड भी घटा हो जाएगी। तो इसलिए ये तीन पहला साल में जो नया वैरायटी आएगा, गेहूं हो धान हो, उसको ये तीनों एक्सपेरिमेंटल ज़मीन में बहुत ध्यान से ही उसको मैनेजमेंट करने के, पानी का मैनेजमेंट, गीला रखने का, पानी ठहरने का और पानी बिल्कुल सूखा करने का, ये तीन तरीका का ज़मीन तैयार करने के बाद, उसका एक्सपेरिमेंट करने के बाद दूसरे साल से उसी हिसाब से वो पानी देंगे, ठीक है। क्लियर? ये आप देखा हैगा भी वह एक आप बाहर तो कणक की वरायटी लिया, उसमें 3 वख-वख हालातों के आप बीज के देखा हैगा, पर ये आप ध्यान रखना भी आप बीज की जी मात्रा वह भी तिना के बराबर हो गया, इन्हें भी एक नेड़े कणक बीजती, दूजे चो ज़्यादा खुली बीजती, तिने इको जी स्पेसिंग के उत्ते बीजे हो, बाकी सारे हालात इको जे हो, सिर्फ पानी वाला जोड़ा हालात वह बदल के देखने है, किसी को घट पानी लाना, किसी को ज़्यादा लाना, किसी को दरम्याना पानी लाना है। तो ये लाने बाद जो आप देखेंगे भी कि क्यारी के उस किस्म की जी पैदावार हैगी ज़्यादा आ रही हैगी है, इन्हों एक होगी भी पैदावार वह तिना के ज़्यादा होगी, जी क्यारी के पैदावार ज़्यादा होगी तो वो आप फिर देखना है भी हम आप 10 करैक्टर नोट करे थे,
ਕੁਛ ਕਰੈਕਟਰ ਜਿਹੜੇ ਹੈਗੇ ਉਹ ਬਾਹਰੀ ਹਾਲਾਤਾਂ ਨਾਲ ਬਦਲਦੇ ਹੈਗੇ ਆ, ਕੁਛ ਕਰੈਕਟਰ ਉਹ ਕਣਕ ਦੇ ਜਿਹੜੇ ਉਹ ਪੱਕੇ ਹੀ ਰਹਿੰਦੇ ਆ। ਉਹ ਆਪਾਂ ਦੇਖਿਆ ਵੀ ਜਿਹੜਾ ਸ਼ਾਖਾਵਾਂ ਦੀ ਗਿਣਤੀ ਹੈਗੀ ਆ ਉਹ ਪਾਣੀ ਦੇ ਨਾਲ ਜਾਂ ਜ਼ਮੀਨ ਦੀ ਸਿਹਤ ਦੇ ਨਾਲ ਉਹ ਬਦਲ ਸਕਦੀ ਹੈ। ਲੰਬਾਈ ਚੜ੍ਹਾਈ ਹੈਗੀ ਆ ਇਹ ਵੀ ਬਦਲ ਸਕਦੀ ਹੈਗੀ ਆ। ਜਿਹੜਾ ਸਿੱਟਾ ਹੈਗਾ ਉਹ ਕਿੰਨਾ ਕੁ ਸੰਘਣਾ ਹੈਗਾ ਜਾਂ ਉਹਦੀ ਲੰਬਾਈ ਕਿੰਨੀ ਆ ਉਹ ਵੀ ਹਾਲਾਤਾਂ ਦੇ ਹਿਸਾਬ ਨਾਲ ਬਦਲ ਸਕਦੀ ਹੈਗੀ ਆ। ਪਰ ਜਿਹੜੀ ਗੰਢ ਦਾ ਜਿਹੜਾ ਰੰਗ ਹੈਗਾ ਜਾਂ ਉਹਦਾ ਕੋਣ ਐਂਗਲ ਹੈਗਾ, ਉਹਦਾ ਮਾਰਜਿਨ ਹੈਗਾ, ਕਸੀਰ ਹੈਗੇ ਆ, ਦਾਣੇ ਦਾ ਰੰਗ ਹੈਗਾ, ਉਹ ਕਣਕ ਦਾ ਨਹੀਂ ਬਦਲਦਾ ਗਾ। ਤਾਂ ਜਿਹੜੀ ਕਿਆਰੀ ਦੇ ਵਿੱਚ ਕਣਕ ਦਾ ਝਾੜ ਸਾਰਿਆਂ ਤੋਂ ਵੱਧ ਆ, ਉਹਦੇ ਵਿੱਚ ਆਪਾਂ ਨੋਟ ਕਰਨਾ ਹੈਗਾ ਵੀ ਉਸ ਕਿਆਰੀ ਦੇ ਵਿੱਚ ਟਿਲਰਿੰਗ ਕਿੰਨੀ ਸੀਗੀ, ਉਸ ਕਿਆਰੀ ਦੇ ਵਿੱਚ ਉਹਦੀ ਜਿਹੜੀ ਸਿੱਟੇ ਦੀ ਲੰਬਾਈ ਕਿੰਨੀ ਹੈਗੀ ਆ, ਸਿੱਟੇ ਦੀ ਜਿਹੜੇ ਸੰਘਣਾਪਣ ਹੈਗਾ ਉਹ ਕਿੰਨਾ ਹੈਗਾ, ਉਹਦੇ ਆਧਾਰ ਦੇ ਉੱਤੇ ਫਿਰ ਆਪਾਂ ਨੂੰ ਉਹ ਚੀਜ਼ ਪਤਾ ਲੱਗੂਗੀ। ਹੋ ਸਕਦਾ ਵੀ ਉਹ ਕਣਕ ਬਹੁਤ ਘੱਟ ਪਾਣੀ ਵਾਲੀ ਕਿਆਰੀ ਜਿਹੜੀ ਸੀਗੀ ਉਹਦੇ ਵਿੱਚ ਉਹਨੇ ਸਾਰਿਆਂ ਤੋਂ ਵੱਧ ਪੈਦਾਵਾਰ ਦਿੱਤੀ ਹੋਵੇ, ਘੱਟ ਪਾਣੀ ਨਾਲ ਉਹਨੇ ਜ਼ਿਆਦਾ ਪੈਦਾਵਾਰ ਦਿੱਤੀ ਆ, ਤਾਂ ਆਪਾਂ ਉਸ ਕਿਸਮ ਨੂੰ ਕੀ ਕਹਿ ਸਕਦੇ ਹੈਗੇ ਹਾਂ ਵੀ ਉਹ ਡਰਾਊਟ ਟੋਲਰੈਂਟ ਵਰਾਇਟੀ ਹੈਗੀ ਆ, ਵੀ ਉਹ ਸੋਕੇ ਨੂੰ ਬਰਦਾਸ਼ਤ ਕਰਨ ਵਾਲੀ ਕਿਸਮ ਹੈਗੀ ਆ। ਜੇ ਉਹਨੇ ਜ਼ਿਆਦਾ ਪਾਣੀ ਵਾਲੀ ਕਿਆਰੀ ਦੇ ਵਿੱਚ ਉਹਨੇ ਵੱਧ ਪੈਦਾਵਾਰ ਦਿੱਤੀ ਆ, ਤਾਂ ਫਿਰ ਆਪਾਂ ਉਹਨੂੰ ਕਹਿ ਸਕਦੇ ਹਾਂ ਵੀ ਇਹ ਹੜ੍ਹ ਦੇ ਪਾਣੀ ਨੂੰ ਜਿਹੜਾ ਉਹ ਹੜ੍ਹਾਂ ਨੂੰ ਬਰਦਾਸ਼ਤ ਕਰਨ ਵਾਲੀ, ਝੱਲ ਸਕਣ ਵਾਲੀ ਜਿਹੜੀ ਕਿਸਮ ਹੈਗੀ ਆ। ਜੇ ਉਹਨੇ ਦਰਮਿਆਨੇ ਪਾਣੀ ਦੇ ਵਿੱਚ ਵੱਧ ਪੈਦਾਵਾਰ ਦਿੱਤੀ ਆ, ਤਾਂ ਉਹ ਆਮ ਹਾਲਾਤਾਂ ਦੇ ਵਿੱਚ ਆਪਣੇ ਉਹ ਵੱਧ ਝਾੜ ਦੇਣ ਵਾਲੀ ਕਿਸਮ ਹੈਗੀ ਆ, ਉਸ ਅਨੁਸਾਰ ਆਪਾਂ ਉਹਨੂੰ ਵੰਡ ਸਕਦੇ ਹਾਂ, ਪਰਖ ਸਕਦੇ ਹਾਂ। ਪਹਿਲੇ ਸਾਲ ਆਪਾਂ ਨੂੰ ਇਹ ਕੰਮ ਕਰਕੇ ਦੇਖਾਂਗੇ ਤਾਂ ਆਪਾਂ ਨੂੰ ਉਹ ਪੱਕਾ ਪਤਾ ਉਹਦਾ ਲੱਗ ਜੂਗਾ ਵੀ ਇਹ ਕਿਸਮ ਕਿਹੜੇ ਹਾਲਾਤਾਂ ਦੇ ਵਿੱਚ ਸਹੀ ਹੁੰਦੀ ਹੈਗੀ ਆ। ਸੋਕੇ ਵਾਲੀ ਕਿਸਮ ਹੈਗੀ ਆ ਤਾਂ ਆਪਣਾ ਜਿਹੜੇ ਪਾਣੀ ਦੀ ਉਹਦੇ ਵਿੱਚ ਬੱਚਤ ਹੋ ਸਕਦੀ ਆ, ਪਰ ਜੇ ਘੱਟ ਪਾਣੀ ਚਾਹੀਦਾ ਹੋਊਗਾ ਆਪਾਂ ਨੂੰ ਜ਼ਿਆਦਾ ਪਾਣੀ ਦੇਈ ਜਾਵਾਂਗੇ ਤਾਂ ਉਹਦਾ ਉਤਪਾਦਨ ਆਪਣਾ ਉਹ ਘੱਟ ਹੀ ਰਹੂਗਾ, ਚਾਹੇ ਆਪਣੀ ਜ਼ਮੀਨ ਦੀ ਸਿਹਤ ਜਿੰਨੀ ਮਰਜ਼ੀ ਤਕੜੀ ਹੋਵੇ। ਤਾਂ ਇਸ ਤਰੀਕੇ ਦੇ ਨਾਲ ਆਪਾਂ ਉਹ ਨਵਾਂ ਬੀਜ ਕਿਤੋਂ ਲਿਆਉਂਦੇ ਹਾਂ ਉਹਨੂੰ ਆਪਾਂ ਪਰਖ ਕੇ ਦੇਖ ਸਕਦੇ ਹੈਗੇ ਹਾਂ ਥੋੜ੍ਹੇ ਜਿਹੇ ਥਾਂ ਦੇ ਵਿੱਚ, ਤਾਂ ਅਗਲੇ ਸਾਲ ਉਹਨੂੰ ਆਪਾਂ ਉਹਦੇ ਅਨੁਸਾਰ ਹਾਲਾਤ ਉੱਥੇ ਆਪਾਂ ਦੇਖ ਕੇ ਉਹਨੂੰ ਕਰ ਸਕਦੇ ਹੈਗੇ ਹਾਂ। ਪੰਜਾਬ ਮੇਂ ਇੱਕ ਵਰਾਇਟੀ, ਬਹੁਤ ਸਾਰੇ ਵਰਾਇਟੀਜ਼ ਕਾ ਗੇਹੂੰ ਥੇ, ਧਾਨ ਜੈਸੇ ਕੱਲ ਬੋਲਾ ਥਾ 182 ਵਰਾਇਟੀਜ਼ ਥੇ, ਗੇਹੂੰ ਕਾ ਵੀ ਬਹੁਤ ਸਾਰੇ ਵਰਾਇਟੀਜ਼ ਥੇ, ਹਮਾਰਾ ਪਤਾ ਨਹੀਂ ਹੈ ਕਿਤਨੇ ਵਰਾਇਟੀਜ਼ ਥੇ, 100 ਕਾ ਜ਼ਿਆਦਾ ਹੋ ਸਕਤਾ ਹੈ, ਲੇਕਿਨ ਕੋਈ ਰਿਕਾਰਡ ਨਹੀਂ ਹੈ। ਗ੍ਰੀਨ ਰੈਵੋਲਿਊਸ਼ਨ ਕਾ ਬਾਅਦ ਤੋ ਸਭ ਬਰਬਾਦੀ ਹੋ ਚੁੱਕੀ, ਲੇਕਿਨ ਉਸਕੇ ਇੱਕ ਵਰਾਇਟੀ ਕਾ ਨਾਮ ਰਿਕਾਰਡ ਮੇਂ ਮਿਲਤੇ ਹੈ, ਜੋ ਰਾਜਸਥਾਨ, ਪੰਜਾਬ ਔਰ ਗੁਜਰਾਤ ਤੀਨੋਂ ਸਟੇਟ ਮੇਂ ਕਰ ਰਹੇ ਥੇ। ਪੰਜਾਬ ਕਾ ਮਤਲਬ ਉਹ ਪਾਕਿਸਤਾਨ ਕਾ ਪੰਜਾਬ ਕੇ ਇੰਕਲੂਡ ਕਰਕੇ ਪੂਰਾ ਪੰਜਾਬ ਮੇਂ ਹੋ ਰਹੇ ਹੈ, ਤਾਂ ਬਹੁਤ ਬੜੀਆ ਇੱਕ ਵਰਾਇਟੀ ਥੇ, ਉਸਕਾ ਨਫਾਲ ਕਹਤੇ ਹੈ, ਨਫਾਲ ਵਰਾਇਟੀ। ਨਫਾਲ ਵਰਾਇਟੀ ਕਾ ਜੋ ਗੇਹੂੰ ਥੇ, ਉਹ ਗੇਹੂੰ ਕਾ ਜੋ ਮੈਦਾ ਹੋਤੇ ਹੈ, ਉਹ ਮੈਦਾ ਇਤਨੇ ਸੋਫਟ ਹੋਤੇ ਥੇ, ਫਲਫੀ ਕਹਤੇ ਹੈ, ਕਿ ਉਸਸੇ ਜੋ ਬ੍ਰੇਡ ਬਣਾਤੇ ਹੈ, ਉਹ ਅੰਗਰੇਜ਼ੋਂ ਨੇ ਉਸਸੇ ਬ੍ਰੇਡ ਬਣਾ ਕੇ ਦਿਖਾਇਆ ਕਿ ਉਸੀ ਕਾ ਬ੍ਰੇਡ ਸਭਸੇ ਸੋਫਟ ਔਰ ਸਭਸੇ ਕਿਆ ਬੋਲਤੇ ਫਲਫੀ, ਮੋਟਾ ਹੋ ਜਾਤੇ, ਮੋਟੇ ਕਾ ਮਤਲਬ ਹਾਰਡ ਨਹੀਂ, ਬਹੁਤ ਨਰਮ, ਬਹੁਤ ਸੋਫਟ, ਲੇਕਿਨ ਫਲਫੀ ਹੋ ਜਾਤੇ, ਜੋ ਹਵਾ ਮਿਠਾਈ ਬੋਲਦੇ ਨਾ, ਐਸਾ ਹੋ ਜਾਤਾ। ਤੋ ਉਹ ਨਫਲ ਵਰਾਇਟੀ ਬਰਬਾਦ ਹੋ ਗਈ, ਲੋਸਟ ਹੋ ਗਿਆ, ਸਿਰਫ ਜਿਨ ਬੈਂਕ ਮੇਂ ਹੈ, ਲੇਕਿਨ ਕਿਸੀ ਕਾ ਫਾਰਮਰ ਕੇ ਖੇਤ ਮੇਂ ਨਹੀਂ ਹੈ। ਲੇਕਿਨ ਉਹ ਨਫਲ ਵਰਾਇਟੀ ਕਾ ਇਹ ਤੋਂ ਇੱਕ ਸਪੈਸ਼ਲ ਕੁਆਲਿਟੀ ਥੀ, ਲੇਕਿਨ ਦੂਸਰਾ ਸਪੈਸ਼ਲ ਕੁਆਲਿਟੀ ਥੇ ਕਿ ਉਸ ਉਹ ਡਰਾਊਟ ਟੋਲਰੈਂਟ ਥੀ, ਅਪਲੈਂਡ ਕੇ ਲੀਏ, ਉਸਕੇ ਲੀਏ ਬਹੁਤ ਕਮ ਪਾਣੀ ਲੱਗਦੇ ਥੇ, ਸਿਰਫ ਲਗਾਣੇ ਕੇ ਲੀਏ, ਉਗਾਣੇ ਕੇ ਲੀਏ ਥੋੜ੍ਹਾ ਪਾਣੀ ਲੱਗਦੇ ਥੇ, ਜ਼ਮੀਨ ਕੋ ਗੀਲਾ ਕਰਨੇ ਕੇ ਲੀਏ, ਔਰ ਫੂਲ ਆਨੇ ਕਾ ਪਹਿਲੇ ਔਰ ਇੱਕ ਬਾਰ ਪਾਣੀ ਦੇਣੇ ਕਾ ਜ਼ਰੂਰਤ ਪੜਤੇ ਥੇ, ਫੂਲ ਆਨੇ ਕੇ ਪਹਿਲੇ, ਬਸ ਇਹ ਦੋ ਬਾਰ ਪਾਣੀ ਅਗਰ ਜ਼ਮੀਨ ਮੇਂ ਦੇ ਦੇ ਗੀਲਾ ਕਰਨੇ ਕੇ ਲੀਏ, ਉਹ ਕਾਫੀ ਥੇ, ਇਤਨਾ ਪਾਣੀ ਬਚਾਉਣੇ ਕੇ ਬਚਾਨੇ ਕੇ ਲੀਏ ਉਹ ਕਿਸਾਨੋ ਨੇ ਉਸਕੋ ਬਹੁਤ ਪਸੰਦ ਕਰਤੇ ਥੇ, ਲੇਕਿਨ ਉਹ ਵਰਾਇਟੀ ਅਭੀ ਨਿਕਲ ਗਿਆ, ਛੁੱਟ ਗਿਆ। ਤੋ ਐਸਾ ਹੋ ਸਕਤਾ ਹੈ ਕਿ ਆਪ ਜੋ ਵਰਾਇਟੀ ਯਹਾਂ ਉਹਾਂ ਇਧਰ ਉਧਰ ਸੇ ਕਲੈਕਟ ਸੰਗ੍ਰਹਿ ਕਰੇਂਗੇ, ਤੋ ਐਸਾ ਹੋ ਸਕਤਾ ਹੈ ਕਿ ਐਸਾ ਕੁਛ ਵਰਾਇਟੀ ਹੈ ਅਪਲੈਂਡ ਕਾ ਅਪਰੋਪ੍ਰੀਏਟ ਹੈ, ਅਪਲੈਂਡ ਐਡਾਪਟੇਸ਼ਨ ਹੈ, ਤੋ ਉਹ ਆਪਕੋ ਧਿਆਨ ਸੇ ਜ਼ਮੀਨ ਤਿਆਰ ਕਰਕੇ ਦੇਖਣਾ ਹੈ ਕੌਣ ਵਰਾਇਟੀ ਕਿਸਕਾ ਅਪਰੋਪ੍ਰੀਏਟ ਹੋਣਾ ਹੈ, ਠੀਕ ਹੈ। ਨਫਲ ਜੈਸਾ ਐਸਾ ਐਸਾ ਕੋਈ ਵਰਾਇਟੀ ਅਗਰ ਐਕਸੀਡੈਂਟਲੀ ਆਪਕੋ ਹਾਥ ਮੇਂ ਆ ਜਾਏ ਤੋ ਬਹੁਤ ਬੜੀਆ ਹੋਗੀ, ਆਪਕਾ ਪਾਣੀ ਕਾ ਸਸਟਾ ਹੋ ਜਾਏਗੀ, ਸੇਵਿੰਗ ਹੋ ਜਾਏਗੀ, ਔਰ ਉਸਕਾ ਟੇਸਟ ਕੈਸਾ ਹੋਗਾ, ਕੈਸਾ ਫਲੇਵਰ ਹੋਗਾ, ਉਹ ਤੋਂ ਦੂਸਰਾ ਚੀਜ਼ ਹੈ। ਇਹ ਜਿਹੜਾ ਪੰਜਾਬ ਦਾ ਖੇਤਰ ਸੀਗਾ, ਜਿਵੇਂ
ਆਪਾਂ ਕੱਲ ਵੀ ਗੱਲ ਕਰੀ ਸੀ ਵੀ ਇਸੇ ਤਰੀਕੇ ਨਾਲ ਕਣਕ ਦੇ ਵਿੱਚ ਵੀ ਤਕਰੀਬਨ 100 ਦੇ ਕਰੀਬ ਕਿਸਮਾਂ ਇਸ ਖੇਤਰ ਦੇ ਵਿੱਚ ਆਪਣੇ ਮਿਲਦੀਆਂ ਸੀਗੀਆਂ ਜਿਹੜੀਆਂ ਹੁਣ ਲਗਭਗ ਖਤਮ ਹੋ ਚੁੱਕੀਆਂ ਹੈਗੀਆਂ। ਪੰਜਾਬ, ਰਾਜਸਥਾਨ, ਗੁਜਰਾਤ ਇਸ ਖੇਤਰ ਦੇ ਵਿੱਚ ਇੱਕ ਕਿਸਮ ਸੀਗੀ ਕਣਕ ਦੀ ਨਫਾਲ ਕਰਕੇ, ਨਾਮ ਉਹਦਾ ਨਫਾਲ ਸੀਗਾ। ਉਹਦੇ 'ਚ ਖਾਸ ਗੁਣ ਸੀਗੇ ਵੀ ਜਦੋਂ ਉਹਦਾ ਮੈਦਾ ਬਣਾਉਂਦੇ ਸੀਗੇ ਤਾਂ ਮੈਦੇ ਦੇ ਬਾਅਦ ਜਿਹੜਾ ਉਹਦਾ ਬ੍ਰੈਡ ਬਣਦਾ ਸੀਗਾ ਤਾਂ ਬਹੁਤ ਮੋਟਾ ਅਤੇ ਨਰਮ ਹੁੰਦਾ ਸੀਗਾ, ਫੁੱਲ ਬਹੁਤ ਜ਼ਿਆਦਾ ਸੀ, ਫਲਾਵਟ ਜ਼ਿਆਦਾ ਸੀਗੀ ਅਤੇ ਖਾਣ ਦੇ ਵਿੱਚ ਉਹ ਨਰਮ ਸੀਗਾ, ਤਾਂ ਇਹ ਉਹਦਾ ਖਾਸ ਗੁਣ ਸੀਗਾ। ਦੂਸਰਾ ਗੁਣ ਉਸ ਵਰਾਇਟੀ ਦਾ ਸੀਗਾ ਵੀ ਉਹਨੂੰ ਬਹੁਤ ਘੱਟ ਪਾਣੀ ਚਾਹੀਦੇ ਸੀਗੇ, 2 ਪਾਣੀਆਂ 'ਤੇ ਉਹ ਕਣਕ ਜਿਹੜੀ ਉਹ ਸਿਰੇ ਚੜ੍ਹ ਜਾਂਦੀ ਸੀਗੀ, ਤਾਂ ਉਹ ਕਿਸਮ ਆਪਣੇ 3 ਰਾਜਾਂ ਦੇ ਵਿੱਚ ਇੱਥੇ ਉਹਦੀ ਖੇਤੀ ਹੁੰਦੀ ਸੀਗੀ, ਪਰ ਅੱਜ ਦੇ ਟਾਈਮ ਦੇ ਵਿੱਚ ਉਹ ਕਿਸਮ ਗਵਾਚ ਚੁੱਕੀ ਹੈਗੀ, ਖਤਮ ਹੋ ਚੁੱਕੀ ਹੈਗੀ ਹੈ। ਤਾਂ ਆਪਾਂ ਅੱਗੇ ਹੋਰ ਕਿਸਮਾਂ ਜਿਹੜੀਆਂ ਹੋ ਸਕਦਾ ਵੀ ਉਹ ਹੋ ਰਹੀਆਂ ਹੁਣ ਆਪਾਂ ਨੂੰ ਲੱਭ ਸਕਦੇ ਹੈਗੇ, ਆਪਾਂ ਨੂੰ ਕਿਸੇ ਵੀ ਤਰੀਕੇ ਨਾਲ ਉਹ ਮਿਲ ਸਕਦੀ ਹੈਗੀ ਆ, ਤਾਂ ਉਹਦੇ ਵਿੱਚ ਆਪਾਂ ਨੂੰ ਕੋਈ ਇਸ ਤਰ੍ਹਾਂ ਦਾ ਮਿਲਦੀ ਹੈਗੀ ਆ ਤਾਂ ਉਹਨੂੰ ਆਪਾਂ ਇਸ ਤਰੀਕੇ ਨਾਲ ਪਰਖ ਲੈਣਾ ਹੈਗਾ ਆਪਦੇ ਖੇਤ ਦੇ ਵਿੱਚ, ਪਰਖ ਕੇ ਆਪਾਂ ਨੂੰ ਚੰਗੀ ਤਰ੍ਹਾਂ ਉਹਦਾ ਪੱਕਾ ਹੋ ਸਕਦਾ ਵੀ ਇਹ ਕਿਹੜੇ ਖੇਤ ਦੀ ਜਿਹੜੀ ਵਿੱਚ ਵਧੀਆ ਤਰੀਕੇ ਨਾਲ ਇਹ ਹੋ ਸਕਦੀ ਹੈਗੀ ਆ, ਕੀ ਇਹਦੇ ਖਾਸ ਗੁਣ ਹੈਗੇ ਆ। ਤਾਂ ਜੇਕਰ ਕੋਈ ਅੱਜ ਵੀ ਕੋਈ 2-4 ਕਿਸਮਾਂ ਜੇਕਰ ਬਚੀਆਂ ਹੈਗੀਆਂ ਤਾਂ ਉਹਨਾਂ ਨੂੰ ਆਪਾਂ ਇਸ ਤਰੀਕੇ ਦੇ ਨਾਲ ਪਰਖ ਕੇ ਸਹੀ ਤਰੀਕੇ ਨਾਲ ਉਹਨਾਂ ਦੀ ਬਚਾ ਕੇ ਸਾਂਭ ਸੰਭਾਲ ਆਪਾਂ ਉਹਨਾਂ ਦੀ ਰੱਖ ਸਕਦੇ ਹੈਗੇ। ਪਿਆਜ਼ ਅਭੀ ਲਗਾ ਹੁਆ ਜੀ, ਲਗਾ ਵੀ ਬੋਲਾ ਹੂੰ, ਆਨੇ ਵਾਲਾ ਹੈ ਪਿਆਜ਼, ਹਾਂਜੀ ਨਾ। ਤੋ ਪਿਆਜ਼ ਜਬ ਕਰੇਂਗੇ, ਗੇਹੂੰ ਤੋ ਹੋ ਗਿਆ, ਗੇਹੂੰ ਤੋ ਆਪ ਕੁਛ ਕੁਛ ਦਿਨ ਮੈਂ ਆ ਵੀ ਤੋ ਟੀਡਾ ਰਿੰਗ ਕਾ ਅਕਾਊਂਟ ਨਹੀਂ ਕਰ ਪਾਏਗਾ, ਨੋਟ ਕਲਰ ਥੋੜ੍ਹਾ ਥੋੜ੍ਹਾ ਹੈ, ਕੁਛ ਵਰਾਇਟੀ ਕਾ ਉਸਕਾ ਹੋ ਗਿਆ, ਫਲੈਗਲਿਫ ਐਂਗ ਨਹੀਂ ਕਰ ਪਾਏਗੇ, ਕੁਛ ਵਰਾਇਟੀ ਕਾ ਸੁਖਾ ਜਾਏਗਾ, ਫਲੈਗਲਿਫ ਮੈਚੋਰ ਹੋ ਜਾਏਗਾ, ਸੁਖਾ ਜਾਏਗਾ ਉਸਕਾ ਤੋ ਨਾ ਭੁੱਲ ਹੋਗਾ, ਜੋ ਹੈ ਅਭੀ ਕਰ ਲੀਜੀਏ। ਲੇਕਿਨ ਅਭੀ ਜੋ ਆਨੇ ਵਾਲਾ ਹੈ, ਆਨੇ ਵਾਲਾ ਜੋ ਫਸਲ ਇੱਕ ਤਾਂ ਹੈ ਪਿਆਜ਼, ਪਿਆਜ਼ ਕਾ ਇਹ ਜੋ ਦੋ ਕਰੈਕਟਰ, ਸਿਰਫ ਦੋ ਕਰੈਕਟਰ ਆਪ ਕਟ ਕਰਨਾ ਪਿਆਜ਼ ਕੇ ਲੀ, ਪਿਆਜ਼ ਕੋ ਸਾਰੇ ਦੇਸ਼ ਮੈਂ ਅਭੀ ਤੱਕ ਕੋਈ ਕਿਸਾਨੋ ਨਹੀਂ ਕਿਹਾ ਇਹ ਕਰੈਕਟਰਾਈਜੇਸ਼ਨ, ਸਿਰਫ ਦੋ ਕਰੈਕਟਰ ਕਰਨਾ ਹੈ, ਇੱਕ ਹੈ ਇਸਕਾ ਸ਼ੇਪ, ਪਿਆਜ਼ ਕਾ ਜੋ ਬਲਬ ਹੈ ਉਸਕਾ ਸ਼ੇਪ ਕੈਸਾ ਕੈਸਾ ਹੈ, ਇਹ ਜੋ 5 ਤਰੀਕਾ ਕਾ ਸ਼ੇਪ ਹੋਗਾ ਇਹ ਆਪ ਸਿਰਫ ਉਸਕਾ ਦੇਖ ਕਰ ਉਸਕਾ ਡਰਾਇੰਗ ਕਰ ਸਕਤੇ ਹੈ, ਡਰਾਇੰਗ ਕਰਨੇ ਕੇ ਨਾਮ ਵੀ ਲਿਖ ਸਕਤੇ ਹੈ, ਨਹੀਂ ਤੋ ਸਭਸੇ ਬੜੀਆ ਹੋਗਾ ਐਸਾ ਡਰਾਇੰਗ ਕਰ ਦੀਜੀ, ਠੀਕ ਹੈ, ਲਾਈਨ ਡਰਾਇੰਗ, ਇਹ ਇੱਕ ਨੰਬਰ। ਦੂਸਰਾ ਹੈ ਕਿ ਉਸਕਾ ਮੇਜਰਮੈਂਟ ਕਰਨਾ, ਲੰਬਾਈ ਕਿਤਨਾ ਚੌੜਾਈ ਕਿਤਨਾ, ਠੀਕ ਹੈ, ਮੰਨ ਲੀਜੀਏ ਉਹ 3 ਨੰਬਰ ਕਰੈਕਟਰ ਹੈ, ਗਲੋਬ ਇਕਦਮ ਗੋਲ ਹੋਤਾ ਹੈ, ਤੋ ਉਚਾਈ ਕਿਤਨਾ ਹੋਤਾ ਹੈ, ਚੌੜਾਈ ਕਿਤਨਾ ਹੋਤਾ ਹੈ, ਇਹ ਮੇਜਰਮੈਂਟ ਵੀ ਕਰਨਾ ਹੈ, ਔਰ ਜਿਸਕਾ ਉਹ ਇਲਿਪਟਿਕ ਜੋ 1 ਨੰਬਰ ਹੈ ਉਸਕਾ ਵੀ ਉਚਾਈ ਕਿਤਨਾ ਚੌੜਾਈ ਕਿਤਨਾ, ਇਹ ਦੋਨੋਂ ਇਹ ਦੋ ਕਰੈਕਟਰ ਕਰਨਾ ਹੀ ਪੜੇਗਾ, ਠੀਕ ਹੈ। ਤੀਸਰੀ ਕਰੈਕਟਰ ਹੈ ਕਿ ऐसा आता ना पत्ते ऐसा आता तो जब प्याज हार्वेस्ट करने का टाइम है उसी वक्त कितने पत्ते हैं, पत्ते का संख्या, ठीक है, ये तो एक आएगा यहाँ से, एक वो आएगा, दस आएगा, कितने पत्ते हैं इसके एक एक प्याज के उसका भी एवरेज करना, 5 प्याज रैंडमली चुनना है, 5 प्याज करके किसी को देखा कि 5 आ गया, किसी को 3 आ गया, किसी का 3 आ गया, तो इसको एवरेज करना ऐसा 5 लेकर, तो मैं 3 देखा, ये मान लीजिए 4-5 ऐसा भी हो सकता है, ठीक है, टोटल 5 प्याज को इतने इतने पत्ते आए तो उसको एवरेज करना, ठीक है। तो सिर्फ 3 करेक्टर, कितने पत्ते का संख्या है, प्याज का शेप क्या है कैसा है ड्राइंग करके तनेंगे, और उसका ऊंचाई कितना सेंटीमीटर, लंबाई कितना सेंटीमीटर, बस सेंटीमीटर, इंच में मत जाइए, ठीक है, सेंटीमीटर के मतलब वो बहुत सूक्ष्म माप हो जाएगी, हाँ। तो ये 3 करेक्टर बहुत आसानी से कर जाएंगे, सिर्फ 5-6 प्याज लेकर
आप करवा दीजिए, लेकिन वो जो पांच जो सैंपल लेंगे, पांच छः जो भी हो, वो सिर्फ एक ही किनार से नहीं नहीं करना, किनार से तीन चार लाइन छोड़ के बीच के एक ज़मीन के अंदर रैंडमली, वो ऐसा नहीं कि पास पास को पांच लीजिए, ऐसा नहीं, ठीक है। वो पांच वो जो है करेक्टर है, ये तीन चार एक छोड़ के ऐसा आप लेकर यहाँ एक यहाँ एक यहाँ ऐसा रैंडमली पांच लेना है बस, जैसे गेहूँ में किया। तो ये प्याज उमेंद्र जी, मैं देखना चाहता हूँ कि भारत में एक ही जगह का एक ही स्टेट का किसानों प्याज का करेक्टराइजेशन पहले बार किया है। मैं देखना चाहता हूँ कि पंजाब का किसानों ने हर किस्म का प्याज का वैरायटी का करेक्टराइजेशन पहली बार पंजाब में हुई। आप कौन जिम्मेदारी लेंगे, कौन कौन किसान? सबसे इजी है, सबसे इजीएस्ट है वो गेहूं का, जो 10 करेक्टर प्रकार नहीं लगेगा, सिर्फ 3 करेक्टर। किधे किधे खेत दे विच मतलब हुण प्याज कर रहे हैगे, ओ कोई 10 मरले कनाल दो कनाला प्याज इन्हां दे लगे हुए हैगे इस टाइम दे, तां इहदू पहलां जिवें आपां कणक दी गल करियो, जे आपां 10-12 लक्षण जिहड़े नोट करने सीगे, तां इह प्याज हैगा तां इहदे विच सिर्फ आपां 3 चीज़ां ही नोट करनियां। ਪਹਿਲੀ ਵਾਰ ਆਪਾਂ ਕਰ ਰਹੇ ਹਾਂ, ਆਪਾਂ ਨੂੰ ਕਿਹੜੀ ਵਰਾਇਟੀ ਆ ਜ਼ਰੂਰੀ ਨਹੀਂ ਵੀ ਉਹ ਦੇਸੀ ਹੋਵੇ, ਜਿਹੜੀ ਵੀ ਆਪਣੇ ਖੇਤ ਦੇ ਵਿੱਚ ਲੱਗੀ ਹੋਈ ਹੈਗੀ ਆ ਉਹਦੇ ਵਿੱਚ ਆਪਾਂ ਚੀਜ਼ ਇਹ ਨੋਟ ਕਰਨੀ ਹੈ, ਸਿਰਫ ਉਹਦੇ 'ਚ 3 ਹੀ ਜਿਹੜੇ ਲੱਛਣ ਉਹਦੇ ਆਪਾਂ ਨੋਟ ਕਰਨੇ ਆ ਵੀ ਗੰਢੇ ਦਾ ਆਕਾਰ ਕਿਹੋ ਜਿਹਾ, ਲੰਬਾਈ ਚੜਾਈ ਕਿਹੋ ਜਿਹੀ ਆ, ਅਤੇ ਉਹਦੇ ਜਿਹੜੇ ਜਦੋਂ ਆਪਾਂ ਪੱਟਣ ਦੇ ਨੇੜੇ ਆਊਗਾ ਤਾਂ ਉਦੋਂ ਉਹਨੂੰ ਕਿੰਨੇ ਪੱਤੇ ਹੈਗੇ ਆ। ਤਾਂ ਇਹ ਜਿੰਨਾ ਵੀ ਕੰਮ ਕਰਨਾ ਹੈਗਾ ਉਹ ਖੇਤ ਦੇ ਵਿਚਕਾਰੋਂ ਕਰਨਾ ਹੈਗਾ, ਕੰਨੀਆਂ ਤੋਂ ਆਪਾਂ ਥੋੜ੍ਹਾ ਥੋੜ੍ਹਾ ਛੱਡ ਦੇਣਾ ਹੈਗਾ, ਤਾਂ ਜਿਹੜਾ ਵੀ ਗੁਣ ਆਪਾਂ ਨੋਟ ਕਰਨਾ ਉਹ ਪਹਿਲਾਂ ਵਾਲਾ ਤਰੀਕਾ ਹੈਗਾ ਵੀ ਘੱਟੋ ਘੱਟ 5 ਗੰਢੇ ਆਪਾਂ ਨੋਟ ਕਰਕੇ, 5 ਦੀ ਆਪਾਂ ਉਹ ਔਸਤ ਦੇਖਣੀ ਹੁੰਦੀ ਆ, ਅਤੇ ਜਿਹੜੇ 5 ਗੰਢੇ ਆਪਾਂ ਪੱਟਣੇ ਆ ਉਹ ਆਏ ਨਹੀਂ ਵੀ ਆਪਾਂ ਨੇੜੇ ਨੇੜਿਓਂ ਪੱਟ ਲਏ, ਮੰਨ ਲਓ ਆਪਣਾ ਹਾਲ ਜਿੱਡਾ ਖੇਤ ਆ ਤਾਂ ਆਏ ਨਹੀਂ ਵੀ ਇੱਕ ਕੋਨੇ ਜਿਹੇ ਦੇ ਵਿੱਚੋਂ ਆਪਾਂ 5 ਗੰਢੇ ਲੈ ਲੈਣੇ ਆ, ਉਹ ਸਾਰੇ ਖੇਤ ਐਵੇਂ ਇੱਕ ਇੱਥੋਂ ਪੱਟ ਲਿਆ, ਕੋਥੋਂ ਪੱਟ ਲਿਆ, ਕੋਥੋਂ ਉੱਥੋਂ ਐਂ ਕਰਕੇ ਕੰਨੀਆਂ ਤੋਂ ਛੱਡ ਕੇ ਵਿਰਲੇ ਵਿਰਲੇ ਕਰਕੇ ਆਪਾਂ ਉਹ 5 ਗੰਢੇ ਲੈ ਕੇ 5 ਦੀ ਔਸਤ ਕੱਢਣੀ ਆ। ਲੱਛਣ ਉਹਦੇ ਸਿਰਫ 3 ਹੈਗੇ ਆ ਵੀ ਉਹਦਾ ਆਕਾਰ ਕਿਹੋ ਜਿਹਾ, ਗੰਢੇ ਦੀ ਲੰਬਾਈ ਚੜਾਈ ਕਿੰਨੀ ਆ, ਅਤੇ ਗੰਢੇ ਦੇ ਜਿਹੜੇ ਪੱਤਿਆਂ ਦੀ ਗਿਣਤੀ ਉਹ ਕਿੰਨੀ ਆ, 5 ਗੰਢਿਆਂ ਦਾ ਆਪਾਂ ਔਸਤ ਕੱਢਣੀ ਹੈਗੀ ਆ। ਆਹ ਸਾਰਾ ਤੁਹਾਨੂੰ ਟੇਬਲ ਬਣਾ ਕੇ ਦੇ ਦਿੰਦੇ ਹਾਂ ਪਿਆਜ ਦਾ ਵੀ ਕੀ ਆਪਾਂ ਚੀਜ਼ ਉਹਦੇ ਵਿੱਚ ਨੋਟ ਕਰਨੀ ਹੈ, ਤਾਂ ਜਿਹੜੇ ਜਿਹੜੇ ਬੰਦਿਆਂ ਕੋਲ ਉਹ ਲੱਗੇ ਹੈਗੇ ਆ ਤਾਂ ਉਹ ਆਪਾਂ ਕੋਸ਼ਿਸ਼ ਕਰੀਏ ਵੀ ਨੋਟ ਕਰਕੇ ਡਾਕਟਰ ਸਾਹਿਬ ਨੂੰ ਉਹ ਭੇਜੀਏ, ਤਾਂ ਕਿ ਇਹਨਾਂ ਨੂੰ ਵੀ ਲੱਗੇ ਵੀ ਪੰਜਾਬ ਦੇ ਵਿੱਚ ਵੀ ਕੁਛ ਬੰਦੇ ਜਿਹੜੇ ਕੰਮ ਉਹ ਕਰ ਰਹੇ ਆ ਪਿਆਜ ਦੇ ਵਿੱਚ। ਪਹਿਲਾਂ ਹੋ ਸਕਦਾ ਵੀ ਕਿਸੇ ਨੇ ਇਹ ਚੀਜ਼ਾਂ ਦੀ ਗਿਣਤੀ ਮਿਣਤੀ ਨਾ ਕਰੀ ਹੋਵੇ, ਜਿਹੜਾ ਕੰਮ ਵਿਗਿਆਨੀ ਆਮ ਤੌਰ 'ਤੇ ਕਰਦੇ ਆ ਅਤੇ ਉਹ ਕਿਸਾਨ ਵੀ ਕਰ ਸਕਦੇ ਹੈਗੇ, ਤਾਂ ਆਪਾਂ ਉਹਦੀ ਚੀਜ਼ ਦੀ ਸ਼ੁਰੂਆਤ। ਭਾਰਤ ਨੇ ਕਿਸੇ ਨੇ ਅੱਜ ਤੱਕ ਭਾਰਤ ਕੇ ਕਈ ਕਿਸਾਨੋਂ ਨੇ ਐਸਾ ਡਾਕੂਮੈਂਟੇਸ਼ਨ ਨਹੀਂ ਕੀ, ਤਾਂ ਮੈਂ ਚਾਹਤਾ ਹੂੰ ਕਿ ਆਪ ਜੋ 6-7 ਹੱਥ ਹੈ ਆਪ ਸ਼ੁਰੂ ਕਰ ਦੀਜੀਏ, ਔਰ ਇਹ ਫਾਰਮੈਟ ਹੋਗਾ ਬਹੁਤ ਆਸਾਨੀ ਫਾਰਮੈਟ ਹੋਗਾ, ਇਹ ਲਿਖ ਲੀਜੀਏ, ਪਹਿਲੇ ਕਲਮ ਹੋਗਾ ਵੈਰਾਇਟੀ ਕਾ ਨਾਮ, ਠੀਕ ਹੈ, ਕਿਆ ਵੈਰਾਇਟੀ ਹੈ, ਸਿਰਫ ਪਿਆਜ ਮਤ ਲਿਖੀਏ, ਕੋਸ਼ਿਸ਼ ਕੀਜੀਏ ਉਸਕਾ ਨਾਮ ਕਿਆ ਹੈ, ਟ੍ਰੈਡੀਸ਼ਨਲ ਜੋ ਨਾਮ ਹੈ ਉਹ ਨਾਮ ਲਿਖੀਏ, ਤਾਂ ਨਾਮ ਕੇ ਬਾਅਦ ਪਹਿਲੇ ਹੋਗਾ ਨੰਬਰ ਆਫ ਲੀਵਸ, ਉਹ ਪੱਤੇ ਕਾ ਕਿਤਨਾ ਨਿਕਲਤੇ ਹੈ ਇੱਕ ਇੱਕ ਸੇ, ਪੱਤੇ ਕਾ ਸੰਖਿਆ, ਸ਼ੇਪ ਜੈਸਾ ਉਹ ਸ਼ੇਪ ਹੈ ਆਪ ਡਰਾਇੰਗ ਕਰ ਲੀਜੀਏ, ਉਹ 5 ਕਿਸਮ ਕਾ ਹੈ, ਆਪ ਯਹਾਂ ਡਰਾਇੰਗ ਕਰ ਸਕਤੇ ਹੈ, 5 ਕਿਸਮ ਕਾ ਸ਼ੇਪ ਹੋਤਾ ਹੈ, ਠੀਕ ਹੈ, ਉਸਕਾ ਹਾਈਟ ਕਿਤਨਾ ਹੈ, ਉੱਚਾਈ ਕਿਤਨਾ ਹੈ, ਔਰ ਲੰਬਾਈ ਕਿਤਨਾ ਹੈ, ਇਹ ਦੇਖੀਏ ਉਸਕੋ, ਇਸਕੋ ਦੇਖੀਏ, ਇਸਕਾ ਹਾਈਟ ਬਹੁਤ ਕਮ ਹੈ, ਚੌੜਾਈ ਬਹੁਤ ਉਹ ਜ਼ਿਆਦਾ ਹੈ, ਉਲਟਾ ਹੈ ਕਿ ਉਸਕਾ ਦੇਖੀਏ ਇੱਕ ਨੰਬਰ ਕਾ, ਉਸਕਾ ਹਾਈਟ ਬਹੁਤ ਜ਼ਿਆਦਾ ਹੈ, ਚੌੜਾਈ ਬਹੁਤ ਕਮ ਹੈ, ਇਕਦਮ ਉਲਟਾ। ਤੋ ਐਸਾ ਜੋ ਵੀ ਕਰੈਕਟਰ ਹੈ ਆਪ ਸ਼ੇਪ ਵੀ ਡਰਾਇੰਗ ਕਰ ਲੀਜੀਏ, ਸਿਰਫ ਇਹ 4 ਕਰੈਕਟਰ ਆਪ ਲਿਖ ਲੀਜੀਏ, ਬਸ ਇਸੇ ਕਾਫੀ ਹੋ ਜਾਏਗੀ। ਤੋ ਮੈਂ ਜਬ ਉਹ ਹਾਰਵੈਸਟ ਹੋ ਜਾਏਗੀ, ਆਪਕਾ ਡਾਕੂਮੈਂਟੇਸ਼ਨ ਹੋ ਜਾਏਗੀ, ਹਮਕੋ ਅਗਰ ਮੈਂ ਆ ਜਾਏਗੇ ਤੋ ਮੈਂ ਕਲੈਕਟ ਕਰ ਲੇਂਗੇ, ਨਹੀਂ ਤੋ ਹਮਕੋ ਈਮੇਲ ਮੈਂ ਭਿਜਵਾ ਦੀਜੀਏ, ਆਪ ਧਰਵਾਲ ਇਹ ਰਿਸਪੋਂਸਿਬਿਲਿਟੀ ਲੈ ਲਓ, ਹਾਂ ਲੇਂਗੇ ਉਹ ਆਪਕੇ ਨਾਮ 'ਤੇ, ਹਾਂ ਇਹ ਸਭ ਹੋਣੇ ਕਾ ਬਾਅਦ ਆਪਕਾ ਨਾਮ ਔਰ ਵਿਲੇਜ, ਗਾਓ ਕਾ ਨਾਮ, ਆਪਕਾ ਨਾਮ, ਗਾਓ ਕਾ ਨਾਮ, ਐਡਰੈਸ ਵਹਾਂ ਦੇ ਦੀਜੀਏ, ਮੈਂ ਉਹ ਨਾਮ 'ਤੇ ਆਪਕੇ ਨਾਮ 'ਤੇ ਉਸਕੋ ਰਜਿਸਟਰ ਤਿਆਰ ਕਰਕੇ ਸਾਰਾ ਭਾਰਤ ਕਾ ਇਹ ਡਾਕੂਮੈਂਟ ਬਣ ਜਾਏਗੀ, ਠੀਕ ਹੈ, ਆਪਕਾ ਕਾਪੀਰਾਈਟ ਇਹ ਹੋ ਜਾਏਗੀ, ਤਾਂ ਕਿ
कोई मोनसेंटो सिंजेंटा कोई भी कंपनी इसी करेक्टर के ऊपर जो भी करेक्टर हो पाए उसके ऊपर पेटेंट नहीं कर पाए, वो पेटेंट का जिम्मेदारी आपका हो गया, बस वो पेटेंट रुक गया बस। जैसा हम हमारा वो 1200 वैरायटीज धान का वो डॉक्यूमेंटेशन कर लिया, वो कोई भी पेटेंट नहीं हो सकेगा, ठीक है। सिम ऐसे तरीका का जितने सारे पंजाब के मान लीजिए 20 वैरायटीज का प्याज है, तो ये 20 वैरायटीज का प्याज को डॉक्यूमेंटेशन अगर पक्का हो जाएगी और उसका पब्लिकेशन भी हो जाए, पब्लिकेशन का मतलब हो गया कि प्रायर पब्लिक नॉलेज, पूरा पब्लिक जानकारी हो गया, आप ऑथर हो जाएंगे, ठीक है, मैं मदद करेंगे पब्लिकेशन के लिए। अगर वो मदद करने पब्लिकेशन हो जाए तो किसी भी देश में उसका पेटेंट नहीं हो सकेगा, बस पेटेंट रुक गया। एक तो काम है कि सारे किसानों को, सारा देश को, जो जो किसान जो जो वैरायटी करते हैं वो आपके डॉक्यूमेंट से उसका पता चले जाएगा, ये वैरायटी ये है, इसका जेनेटिक शुद्धता बचाए रखने के लिए वो मैच कर लेंगे, ये करेक्टर देख देख के वो समझ जाएंगे कि हमारे इसमें भेजाल हो गया कि इम्प्यूरिटी हो गया, ये तो पहली बात। अब दूसरा बात है कि उसका पेटेंट भी रुक जाएगा। तो डॉक्यूमेंटेशन आप गेहूँ और प्याज, प्याज तो आने वाला है आप तक, बहुत काफ़ी टाइम है, वो शुरू कर दीजिए, बता दो। ਤਾਂ ਇਹ ਜੋ ਟੇਬਲ ਹੈਗਾ ਆਪਾਂ ਉਹ ਨੋਟ ਕਰ ਸਕਦੇ ਹੈਗੇ ਹਾਂ, ਇੱਥੇ ਆਪਣੇ ਸਾਹਮਣੇ ਹੈਗਾ ਉਹ ਗੰਢੇ ਦੇ ਵੱਖ ਵੱਖ ਤਰ੍ਹਾਂ ਦੇ ਆਕਾਰ ਹੈਗੇ ਆ, ਉਹ ਵੀ ਆਪਾਂ 2 ਮਿੰਟ ਦੇ ਵਿੱਚ ਕਾਪੀ 'ਤੇ ਵਾਹ ਸਕਦੇ ਹਾਂ ਵੀ ਕਿਹੜੀ ਕਿਹੜੀ ਤਰ੍ਹਾਂ ਦੀ ਉਹਦੀ ਜਿਹੜੀ ਬਣਤਰ ਹੈਗੀ ਆ ਉਹ ਹੋ ਸਕਦੀ ਹੈਗੀ ਆ। ਕੋਲਮ ਦੇ ਵਿੱਚ ਸਿਰਫ 4-5 ਗੱਲਾਂ ਵੀ ਆਪਣੇ ਕੋਲ ਕਿਸਮ ਕਿਹੜੀ ਹੈਗੀ ਆ, ਅਤੇ ਜਦੋਂ ਆਪਾਂ ਪੱਟਣੇ ਹੈਗੇ ਆ ਉਸ ਟਾਈਮ ਦੇ ਉੱਤੇ ਗੰਢਿਆਂ ਨੂੰ ਇੱਕ ਗੰਢੇ ਦੇ ਉੱਤੇ ਪੱਤੇ ਕਿੰਨੇ ਸੀਗੇ, 5 ਬੂਟਿਆਂ ਦੇ ਆਪਾਂ ਗਿਣਤੀ ਕਰਕੇ 5 ਦੀ ਔਸਤ ਕੱਢ ਲੈਣੀ ਆ, ਪੱਤੇ ਕਿੰਨੇ ਆ, ਗੰਢੇ ਦਾ ਆਕਾਰ ਆ ਉਹ ਕਿਸ ਤਰ੍ਹਾਂ ਦਾ ਹੈਗਾ, ਉਹਦੀ ਉਚਾਈ ਕਿੰਨੀ ਹੈਗੀ ਹੈ ਅਤੇ ਚੌੜਾਈ ਕਿੰਨੀ ਹੈਗੀ ਆ। ਇਹ 4 ਚੀਜ਼ਾਂ ਨੋਟ ਕਰਕੇ ਆਪਦਾ ਨਾਮ ਅਤੇ ਪਿੰਡ ਦਾ ਨਾਮ ਲਿਖ ਕੇ ਆਪਾਂ ਇਹ ਸਾਰਾ ਭੇਜਾਂਗੇ ਤਾਂ ਉਹਦਾ ਅੱਗੇ ਇੱਕ ਡਾਕੂਮੈਂਟੇਸ਼ਨ ਬਣ ਜੂਗੀ ਵੀ ਇਹ ਕੰਮ ਕਿਸਾਨਾਂ ਨੂੰ ਇਹ ਚੀਜ਼ ਦੀ ਜਾਣਕਾਰੀ ਪਹਿਲਾਂ ਹੀ ਹੈਗੀ ਆ ਅਤੇ ਉਹ ਇਹ ਕਰ ਰਹੇ ਹੈਗੇ ਆ। ਜੇਕਰ ਆਪਾਂ ਇਹ ਨਹੀਂ ਕਰਾਂਗੇ ਤਾਂ ਕੰਪਨੀਆਂ ਆਪਦੇ ਨਾਂ 'ਤੇ ਸਾਰਾ ਕੁਛ ਰਜਿਸਟਰ ਕਰਾ ਕੇ ਫਿਰ ਅੱਗੇ ਉਹ ਕਿਸਮ ਨੂੰ ਪੇਟੈਂਟ ਕਰਵਾ ਕੇ ਅਤੇ ਫਿਰ ਮਹਿੰਗੇ ਭਾਅ ਵੇਚਣਾ, ਸਾਰਾ ਕੁਛ ਆਪਦੇ ਹੱਥਾਂ ਦੇ ਵਿੱਚ ਉਹ ਆ ਜਾਂਦਾ ਉਹਨਾਂ ਦੇ। ਤਾਂ ਜੇਕਰ ਇਹ ਚੀਜ਼ਾਂ ਆਪਾਂ ਕਰ ਰਹੇ ਹੈਗੇ ਹਾਂ ਡਾਕੂਮੈਂਟੇਸ਼ਨ ਦੇ ਵਿੱਚ ਉਹ ਰਿਕਾਰਡ ਦੇ ਵਿੱਚ ਆਉਂਦੀਆਂ ਹੈਗੀਆਂ ਤਾਂ ਆਪਾਂ ਦਿਖਾ ਸਕਦੇ ਹਾਂ ਵੀ ਇਹਦਾ ਸਾਨੂੰ ਪਹਿਲਾਂ ਹੀ ਅਸੀਂ ਇਹ ਕਰ ਚੁੱਕੇ ਹੈਗੇ ਹਾਂ, ਤੁਸੀਂ ਇਹਨੂੰ ਪੇਟੈਂਟ ਨਹੀਂ ਕਰਵਾ ਸਕਦੇ ਗੇ। ਤਾਂ ਗੰਢੇ ਦੀ ਜਿਹੜੀ ਖੇਤੀ ਹੁਣ ਫਸਲ ਛੋਟੀ ਹੈ, ਜਦੋਂ ਉਹ ਪੱਕਣਾ ਹੈਗੇ ਉਦੋਂ ਹੀ ਆਪਾਂ 3 ਗੁਣ ਉਹਦੇ ਇਹ ਦੇਖਣੇ ਹੈਗੇ ਆ, ਤਾਂ ਇਹ ਆਪਾਂ ਕੰਮ ਜ਼ਰੂਰ ਕਰਨਾ ਹੈਗਾ ਹੁਣ ਜਾ ਕੇ। ਅਤੇ ਜਿਹੜਾ ਕਣਕ ਦਾ ਜਿੰਨੇ ਕੁ ਗੁਣ ਆਪਣਾ ਦੇਖ ਸਕਦੇ ਹੈਗੇ ਹਾਂ, ਸਮਾਂ ਜਿਹੜਾ ਹਜੇ ਮਹੀਨੇ ਦਾ ਰਹਿੰਦਾ ਹੈਗਾ, ਤਾਂ ਉਹ ਵੀ ਆਪਣਾ ਜਿੰਨੇ ਉਹ ਹੋ ਸਕਦੇ ਆ ਉਹ ਡਾਕੂਮੈਂਟੇਸ਼ਨ ਕਰਕੇ ਆਪਾਂ ਆਪਦੇ ਪਿੰਡ ਨਾਮ ਦੇ ਨਾਂ 'ਤੇ ਉਹ ਡਾਕਟਰ ਸਾਹਿਬ ਇੱਥੇ ਆਏ ਤਾਂ ਉਦੋਂ ਇਹਨਾਂ ਨੂੰ ਭੇਜ ਦੇਵਾਂਗੇ ਜਾਂ ਆਪਾਂ ਈਮੇਲ ਦੇ ਉੱਤੇ ਇਹਨਾਂ ਨੂੰ ਆਪਾਂ ਭੇਜ ਸਕਦੇ ਹੈਗੇ ਹਾਂ। ਇਹਾਂ 5 ਦਿਖਾ ਰਹੇ ਔਰ 4 ਦਿਖਾ ਰਹੇ, ਟੋਟਲ 9 ਤਰੀਕਾ ਕਾ 9 ਸ਼ੇਪ ਹੈ, 9 ਤਰੀਕਾ ਕਾ ਸ਼ੇਪ ਹੈ। ਤੋ ਪਿਆਜ ਕਾ ਤੋ ਸਿਰਫ 5 ਤਰੀਕਾ ਕੇ ਥਾ, ਇਸਕਾ 9। ਪਿਆਜ ਦਾ ਰੰਗ ਦਾ ਵੀ ਕੋਈ ਕਰਨਾ, ਕਲਰ ਬਲਬ ਕਲਰ ਨਹੀਂ, ਕਲਰ ਕਰਨਾ ਸਿਰਫ ਉਹ 4, ਉਹ 4 ਹੋਣੇ ਸੇ ਕਾਫੀ ਹੋ ਜਾਏਗੀ, ਇਸ ਲਈ ਸਭ ਸੇ ਆਸਾਨੀ ਹੈ, ਈਜ਼ੀਐਸਟ ਹੈ ਪਿਆਜ ਕਾ। ਇਸ ਲਈ ਮੈਂ ਪਿਆਜ ਕੋ ਪਹਿਲੇ ਬੋਲਾ ਕਿ ਸਭ ਕਰ ਤੁਮ ਹੀ ਕਰ ਸਕੋ, ਹਾਂ ਕਰਕੇ ਕਰਨਾ ਸ਼ੁਰੂ ਕਰ ਦੋ। ਪਿਆਜ ਬਣਾ ਰਹੇ ਹੋ ਤੋ, ਪਿਆਜ ਖੇਤੀ ਹੋ ਰਹਾ ਹੈ ਤੋ ਜ਼ਮੀਨ ਮੇ, ਤੁਹਾਡੇ ਜ਼ਮੀਨ ਮੇ ਬਸ, ਹਾਂ ਕਿਆ ਬੋਲ, ਹਾਂ ਤੋ ਸ਼ੁਰੂ ਕਰ ਦੋ, ਠੀਕ ਹੈ। ਤੋ ਬਾਜਰਾ ਆਪ ਥੋੜ੍ਹਾ ਡਿਫੀਕਲਟ ਹੈ ਕਿਉਂਕਿ ਇਹ ਜੇ ਨੌ ਤਰੀਕਾ ਕਾ ਹੈ, 9 ਤਰੀਕਾ ਕਾ ਸ਼ੇਪ ਹੈ। ਤੋ ਇਹ ਸਲਾਈਡ ਆਪਕੋ ਦੇ ਦੇਂਗੇ, ਜੋ ਵੀ ਕਰਨਾ ਚਾਹੀਏ ਤੋ ਇਸਕੋ ਕਾਪੀ ਕਰਕੇ, ਇਸਕੋ ਫੋਟੋਕਾਪੀ ਕਰਕੇ ਪ੍ਰਿੰਟ ਕਰਕੇ ਰੱਖ ਦੀਜੀਏ, ਠੀਕ ਹੈ। ਇਹ ਜੋ ਸ਼ੇਪਸ ਹੈ, 9 ਤਰੀਕਾ ਕਾ ਜੋ ਸ਼ੇਪਸ ਹੈ, ਇਸਕੋ ਫੋਟੋਕਾਪੀ ਕਰਕੇ ਆਪਕੋ ਇੱਕਦਮ ਸਟੈਂਡਰਡ, ਹਾਂ ਹੈਂਡਬੁੱਕ ਜੈਸਾ ਉਹ ਰੱਖਣੇ ਕੇ ਬਾਅਦ ਆਪਕੋ ਜੋ ਵੈਰਾਇਟੀ ਹੈ ਬਜਰੇ ਕੋ ਉਸਕੇ ਸਾਥ ਮੈਚ ਕਰਨਾ ਹੈ ਕਿ ਇਹ 7 ਨੰਬਰ ਮਿਲਤੇ ਹੈ ਕਿ 3 ਨੰਬਰ ਮਿਲ ਰਹੇ ਹੈ ਕਿ 2 ਨੰਬਰ ਮਿਲ ਰਹੇ ਹੈ। ਇਹ ਬਜਰੇ ਕੋ ਵੀ ਦੋ ਹੈ, ਜੋ ਜੈਸਾ ਧਾਨ ਕਾ ਔਰ ਗੇਹੂੰ ਕਾ ਜੋ ਫਲੈਗ ਲੀਫ ਹੈ ਨਾ, ਉਸਕੋ ਵੀ ਫਲੈਗ ਲੀਫ ਦੇਖਣਾ ਪੜੇਗਾ, ਉਸਕੋ ਵੀ ਟੀਲਰਿੰਗ ਦੇਖਣਾ ਪੜੇਗਾ। ਤੋ ਟੀਲਰਿੰਗ ਫਲੈਗ ਲੀਫ ਇੱਕ ਹੀ ਹੋਗਾ ਜੋ ਜੋ 3 ਕਰੈਕਟਰ ਹੈ, ਲੇਕਿਨ ਇਸਕੇ ਸਾਥ ਇਹ ਸ਼ੇਪ ਔਰ ਉਸਕਾ ਕਿਤਨਾ ਲੰਬਾਈ, ਠੀਕ ਹੈ, ਕਿਤਨਾ ਲੰਬਾਈ ਹੋਤੇ ਹੈ ਇਹ ਵੀ ਦੇਖਣਾ ਪੜੇਗਾ।
तो ये तीन चार करेक्टर से बजरा हो जाएगा। ठीक, अच्छा, बजरे का और एक करेक्टर होगा कि उसका जो सीड होगा, सीड का क्या क्या शेप है। एक तो बजरे का जो बाली है उसका शेप, और बाली में जो दाने हैं वो दाने का क्या शेप है उसका भी देखिए। तो चार किस्म का हो जाते हैं। ठीक है, तो चार किस्म के अंदर ये है सामने से दिखने से, यह है साइड से दिखने से। ठीक है, ये एक ही है एलिप्टिकल को दोनों का। हेक्सागोनल जो है उसका छः साइड होगा। हेक्सागोनल, हेक्सा मतलब सिक्स, छः, छः साइड्स होगा। ये जो एलिप्टिकल है ये सामने से देखने से ऐसा लगेगा, साइड से देखने से ऐसा लगेगा, और ग्लोब्यूलर ये भी सामने से देखने से ऐसा, साइड से देखने से ऐसा। ठीक है, तो सिर्फ चार चार शेप है, चार किस्म का शेप बजरे का दाने का। तो ये भी जो कॉपी होगा ना, जो करेंगे उनको इसको प्रिंट एक बार दे, तो उसको मैच करके उठाएंगे। तो इसको साइज लिखने का ज़रूरत नहीं है, सीड का साइज लिखने का ज़रूरत नहीं है, लेकिन जो बाली जो होते हैं उसका साइज लिखना है, लंबाई लिखना होता है। ठीक, तो अगे आने वाले अपना समय के बाजरे की भी खेती शुरुआत इस बार जो कर रहे हैं तो वो आप गुण नोट कर सकते हैं, अपन शुरू तो पहले ही पता हो तो अपने चीज़ा ध्यान रहनगियाँ, तो आप चीज़ा आसानी के नाल कर सकते हैं। वो तकरीबन ये 8-9 तरह का जिम्मे उन्होंने दिखाया गया भी छिट्टिया की अलग अलग तरह की उन्होंने जी बनतर हैगी हो सकती हैगी है। तुसी ये देखे ही हैगा भी पांच तरह के जेडे सिट्टे है वो इस तरह की उन्होंने बनतर हो सकती है, चार वो अगे है। ये चीज़ अपने ध्यान रखेंगे तो थोनू दे देवेंगे इन्हों का प्रिंट आउट वगैरह कड के भी इस तरह का हो सकता है, जिड़ी किस्म अपने को लगी है वो इन्हों के बीचों केड़ी दे नाल मिलती हैगी है वो आप नोट कर लेना है। आ वरायटी सी वो सिट्टे की बनतर इस तरह की हैगी है, सिट्टे की लंबाई इस तरह की हैगी है। इस तो बाद अगे वो दाने की जी बनतर हैगी है वो चीज़ भी आप नोट करनी होंगी है। तो दाना जोड़ा बाजरे का हैगा वह चार तरह का वो जी आकार हैगा वह हो सकता है, जिमें पहला ओवेट टाइप हैगा जिन्हों आप अंडा आकार कह दें, उपरों चौड़ा थलों वह पीड़ा हो जाता है। तो इस तरह का जोड़ा पहले नंबर पर हैगा दाना वह इस तरह का भी हो सकता, दूसरे नंबर पर एलिप्टिकल शेप हैगी भी हो सकती हैगी है, जड़ा तीजे तो चौथे नंबर पर फोटो हैगी इको ही आकार हैगा, वो एक दाने आप सामने तो देख रहे हैं, दूसरी बार उस दाने साइड तो देख रहे हैं, वह ग्रुप इको ही हैगा पर देखना एक बार सामने तो देख रहे हैं, दूसरी बार पासे तो देख रहे हैं, तो वह आकार अपन इस तरह का लगता है। तीसरा वो हैक्सागोनल हो सकता, हैक्सागोनल मतलब दाना जोड़ा बाजरे का होगा वह छे चुंडा वेद बनिया होनगियाँ, इस तरह का भी हो सकता है, तो ग्लोबुलर भी हो सकता बिल।